ਇੱਕ ਟਾਈਮ ਇਹ ਜਾ ਗਿਆ ਸੀ ਵੀ ਸਾਰੇ ਮਿੱਥੋਂ ਮਤਲਬ ਕਿ ਆਪਣ ਮੁੱਖ ਮੋੜ ਗਏ ਸੀਗੇ ਇਹ ਆ ਸੁਖਜੋੜ ਆਉਣ ਵਾਲੇ ਸਮੇਂ ਦਾ ਸਰਦਾਰ ਸਤਵਿੰਦਰ ਸਿੰਘ ਜੋੜ ਬਹੁਤ ਲੋਕ ਜਿਹੜੇ ਦਸਤਾਰਾਂ ਵਾਲੇ ਆ ਥੱਲੋਂ ਉੱਠ ਕੇ ਉੱਪਰ ਤੱਕ ਗਏ ਦਸਤਾਰ ਦਾ ਉਹਨਾਂ ਨੇ ਜਾਂ ਪੰਜਾਬ ਦਾ ਨਾਮ ਚਮਕਾਇਆ ਪਰ ਕਈ ਵਾਰ ਉਹਨਾਂ ਦੀ ਜਿਹੜੀ ਫੋਟੋ ਮੋਂ ਟੋਪੀ ਚ ਆ ਜਾਂਦੀਆਂ ਜਾਂ ਹੋਰ ਆ ਜਾਂਦੀਆਂ ਫਿਰ ਤੁਸੀਂ ਤਾਂ ਨਹੀਂ ਇਦਾਂ ਦਾ ਕਰੋਗੇ ਕਿ ਆਫਰ ਹੀ ਏਡਾ ਵੱਡਾ ਆ ਜੇ ਵੀ ਤੁਹਾਨੂੰ ਕਹਿਣ ਵੀ ਇਹ ਤਿਆਗਣ ਲਈ ਫਿਰ ਤਾਂ ਨਹੀਂ ਕਰੋ ਨਹੀਂ ਜੀ ਉਹ ਚੀਜ਼ ਮਤਲਬ ਕਿ ਮੈਂ ਕਰਨੀ ਤਾਂ ਨਹੀਂ ਚਾਹਾਂਗਾ ਮਤਲਬ ਕਿ ਮੈਂ ਕਦੇ ਸੋਚਿਆ ਵੀ ਨਹੀਂ ਹੈਗਾ ਵੀ ਉਹ ਚੀਜ਼ ਆਪਾਂ ਕਰਾਂਗੇ ਹਾਂ ਬਟ ਮੇਰੇ ਹਿਸਾਬ ਨਾਲ ਲੱਗਦਾ ਵੀ ਨਹੀਂ ਕਰਾਂਗੇ ਨਹੀਂ ਉਹ ਚੀਜ਼ ਇਹ ਕ੍ਰਾਤੀਵਾਦੀ ਮਾਦੂ ਇੱਕ ਤਰ੍ਹਾਂ ਵੀ ਜ਼ਿੰਦਗੀ ਕਿਵੇਂ ਬਦਲੀ ਵੀ ਸੋਚ ਨਾਲ ਆਸ ਦੀ ਨਾਲ ਉਹ ਦਿਨ ਵੀ ਮੈਂ ਰਾਤ ਨੂੰ ਮਤਲਬ ਕਿ ਐਮ ਵਧੀਆ ਪੂਰਾ ਐਮ ਮਤਲਬ ਕਿ ਨਸ਼ੇ ਚ ਸੀਗਾ ਤੇ ਰਾਤ ਨੂੰ ਆ ਕੇ 1:00 ਵਜੇ ਆ ਗਿਆ ਸੀਗਾ ਰਾਤ ਨੂੰ ਮੈਂ ਪਿਆ ਮੈਂ ਕਿਹਾ ਵੀ ਚਲਿਆ ਯਾਰ ਸਾਰਾ ਕੁਝ ਹੋ ਗਿਆ ਵੀ ਤੁਹਾਨੂੰ 80 ਵੀ ਗੇ ਹਾਂ ਬਹੁਤ ਜ਼ਿੰਦਗੀ ਦੇਖ ਲਿਆ ਤੇ ਮੈਂ ਕਿਹਾ ਵੀ ਹੁਣ ਆਪਾਂ ਐ ਕਰਦੇ ਹਾਂ ਵੀ ਜਿੰਦਗੀ ਦਾ ਹਿਸਾਬ ਕਿਤਾਬ ਲਾ ਕੇ ਦੇਣਾ ਵੀ ਤੁਹਾਨੂੰ ਨੁਕਸਾਨ ਕਿੱਥੇ ਹੋਇਆ ਫਾਇਦਾ ਕਿੱਥੇ ਹੋਇਆ ਉਹ ਚੀਜ਼ ਮਤਲਬ ਕਿ ਬੜੀ ਵੱਡੀ ਸੀ ਮੇਰੇ ਲਈ ਜਿਸ ਨੇ ਮਤਲਬ ਕਿ ਜ਼ਿੰਦਗੀ ਹੀ ਬਦਲ ਦਿੱਤੀ ਮੇਰੀ ਮੈਂ ਪੁੱਸੋਂ ਬੁਲਾਉਣ ਲੱਗਿਆ ਸੀਗਾ ਤੇ ਮੈਂ ਮਤਲਬ ਕਿ ਕਰਨ ਲੱਗਿਆ ਸੀ ਡੈਡੀ ਮੈਥੋਂ ਹੋ ਜਾਣੀ ਹੈਗਾ ਤੇ ਡੈਡੀ ਮੈਨੂੰ ਕਹਿੰਦਾ ਵੀ ਹੁਣ ਕਹਿੰਦਾ ਪੁੱਤਰ ਤੂੰ ਕਿੱਥੇ ਗੱਲਾਂ ਵੀ ਉਹ ਤਾਂ ਵੀ ਤੂੰ ਭੁੱਲ ਜਾ ਆਪਣਾ ਹੁਣ ਮੇਰਾ ਬੇਟਾ ਦੋ 48 ਕਿਲੋ ਨਹੀਂ ਰਹਿ ਗਿਆ ਸੀ ਮਤਲਬ ਕਿ ਬਿੰਨਾ ਜ਼ਿਆਦਾ ਖਤਮ ਹੋਇਆ ਵੈਸੇ ਹੀ ਆਪਾਂ ਕਹਿੰਦਾ ਵੀ ਹਣ ਉੱਤੇਰੇ ਤੇ ਕਿੱਥੇ ਉਹ ਗੱਲ ਹੈ ਤੇ ਮੈਂ ਚਲੋ ਡੈਡੀ ਨੂੰ ਕੁਛ ਨਹੀਂ ਕਿਹਾ ਮੈਂ ਵਰਕਆਊਟ ਕਰਦੇ ਕਰਦੇ ਨੂੰ ਪੁਰਸ਼ ਤੰਦਮ ਲੈਣੇ ਹੁੰਦੇ ਆ ਮੈਂ ਪਰੇ ਜਾਂਦੇ ਨੇ ਮੈਂ ਮਨ ਸੋਚਿਆ ਮੈਂ ਕੋਈ ਗੱਲ ਨਹੀਂ ਆਪਾਂ ਵੀ ਇੱਕ ਦਿਨ ਇਹ ਜਾਊਗਾ ਕਿ ਤੇਰੇ ਪੁੱਤ ਲੋਕ ਸਲਾਹਾ ਲਿਆ ਕਰਨਗੇ ਤੁਹਾਡੇ ਸਿਹਤ ਦੇ ਉੱਤੇ ਵੀ ਕਹਿੰਦੇ ਬਹੁਤ ਬੁਰਾ ਅਸਰ ਪਿਆ ਲੀਵਰ ਖਰਾਬ ਹੋ ਗਿਆ ਕਿਡਨੀ ਕੋਈ ਖਰਾਬ ਹੋ ਗਈ ਹਾਂਜੀ ਹਾਂ ਉਹ ਮਤਲਬ ਕਿ ਉਹ ਜਦੋਂ ਡਰੱਗ ਕਰਦੇ ਸੀਗੇ ਉਦੋਂ ਹੋ ਗਿਆ ਸੀਗਾ ਉਹ ਮਤਲਬ ਕਿ ਸਾਡੇ ਕੋਲ ਉਹਨੇ ਕੋਈ ਐਮੇਦਾਨ ਸੀਗਾ ਸਾਡੇ ਕੋਲ ਜਿਹੜਾ ਡਰੱਗ ਸੀਗਾ ਉਹ ਘੱਟ ਸੀਗਾ ਥੋੜਾ ਸੀਗਾ ਅਸੀਂ ਉਹ ਇੰਜੈਕਸ਼ਨ ਦੇ ਵਿੱਚ ਵਿੱਚ ਡਰੱਗ ਤੇ ਵਿੱਚ ਉਹ ਟਰਮਨ ਉਹ ਮਿਕਸ ਕਰਕੇ ਲਾ ਲਿਆ ਸੀ ਸਾਨੂੰ ਆਇਆ ਸੀ ਕਿ ਹੁਣ ਕੋਈ ਹੈ ਨਹੀਂਗਾ ਵੀ ਨਸ਼ਾ ਵੱਧ ਕਰੂਗਾ ਉਹ ਚੀਜ਼ ਲਾ ਲਈ ਸੀ ਉਹ ਜਦੋਂ ਲਾਈ ਥੋੜੇ ਟਾਈਮ ਬਾਅਦ ਨੂੰ ਸਾਰਾ ਕੁਝ ਪਟਿਆ ਗਿਆ ਮੈਂ ਫੁੱਟਰੇਟੀ ਤੇ ਦੇਖਦਾ ਵੀ ਕੱਲ ਨੂੰ ਵੀ ਮੈਂ ਲੱਕੇ ਵੀ ਪੰਜਾਬ ਦੇ ਵਿੱਚ ਜੇ ਨਾਮ ਵੱਜੇ ਕੈਲਿਸਟੇਨੀ ਗੇਮ ਦਾ ਤਾਂ ਵੀ ਉਹ ਮੇਰਾ ਨਾਮ ਵੱਜੇ ਹਾਂ ਯਾਰ ਸੋਖ ਜੋਹਲ ਨੇ ਆਪਣੇ ਪੰਜਾਬ ਚ ਕੈਲਿਸਟੇਨੀ ਗੇਮ ਲੈ ਕੇ ਆਂਦੀ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਪਟਕ ਗਏ ਨੇ ਜਿਹੜੇ ਗੱਭਰੂ ਇੱਕ ਦਿਨ ਵਾਪਸ ਮੁੜ ਜ਼ਰੂਰ ਆਉਣਗੇ ਮੁੱਖ ਹੋਣੇ ਆਨੰਦਪੁਰ ਵੱਲ ਨੂੰ ਫਿਰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਬੜੀ ਖੁਸ਼ੀ ਹੁੰਦੀ ਆ ਜਦੋਂ ਨੌਜਵਾਨ ਆਪਣੀ ਜ਼ਿੰਦਗੀ ਦਾ ਰਾਹ ਬਦਲਦੇ ਆ ਤੇ ਉਹ ਇੱਕ ਚੰਗੇ ਰਾਹ ਦੇ ਉੱਤੇ ਪੈਂਦੇ ਆ ਅਜੇ ਹਾਈ ਇੱਕ ਨੌਜਵਾਨ ਅਕਸਰ ਦੇ ਵਿੱਚ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਬਹੁਤ ਲੋਕਾਂ ਦਾ ਵਿਚਾਰ ਆ ਵੀ ਸੋਸ਼ਲ ਮੀਡੀਆ ਨੌਜਵਾਨੀ ਨੂੰ ਪਾਸੇ ਕਰ ਦਿੰਦਾਗਾ ਮਨ ਨੂੰ ਭਟਕਾਉਂਦਾਗਾ ਉਹਨਾਂ ਦਾ ਜਿਹੜੀ એનર્ਜੀ ਆ ਉਹ ਸਹੀ ਦਿਸ਼ਾ ਵੱਲ ਨਹੀਂ ਲੱਗਦੀ ਪਰ ਜੇ ਤੁਸੀਂ ਸੋਸ਼ਲ ਮੀਡੀਆ ਦਾ ਵੀ ਵਧੀਆ ਇਸਤੇਮਾਲ ਕਰੋਗੇ ਤਾਂ ਤੁਹਾਡੀ ਜਿਹੜੀ એનર્ਜੀ ਆ ਉਹ ਸਹੀ ਦਿਸ਼ਾ ਵੱਲ ਲੱਗਦੀ ਆ ਪਰ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਆ ਉਦੇ ਪਿੱਛੇ ਬਹੁਤ ਸਾਰੀ ਮਿਹਨਤ ਹੁੰਦੀ ਆ ਇੱਕ ਅਜੇਹਾ ਹੀ ਨੌਜਵਾਨ ਅਕਸਰ ਹੀ ਤੁਸੀਂ ਉਹਦੀਆਂ ਜਿਹੜੀਆਂ ਇੰਟਰਵਿਊਜ਼ ਆ ਬਹੁਤ ਇੱਕ ਸਾਲ ਪਹਿਲਾਂ 1.5 ਸਾਲ ਪਹਿਲਾਂ ਦੇਖੀਆਂ ਹੋਣਗੀਆਂ ਉਹਦੇ ਨਾਲ ਗੱਲਬਾਤ ਕਰਾਂਗੇ ਨਸ਼ੇ ਨੂੰ ਤਿਆਗਿਆ ਫਿਰ ਆਪਣੀ ਸਿਹਤ ਵੱਲ ਧਿਆਨ ਦਿੱਤਾ ਸਰੀਰ ਨੂੰ ਬਹੁਤ ਵਧੀਆ ਬਣਾਇਆ ਤੇ ਹੁਣ ਇੱਕ ਉਹ ਨਵੀਂ ਸੋਚ ਨੂੰ ਲੈ ਕੇ ਅੱਗੇ ਵਧ ਰਿਹਾਗਾ ਦਸਤਾਰ ਸਜਾਉਣ ਲੱਗਿਆਗਾ ਤੇ ਕਹਿੰਦਾ ਦਾੜਾ ਵੀ ਪ੍ਰਕਾਸ਼ ਕਰਨਾਗਾ ਬਹੁਤ ਚੰਗੀ ਗੱਲ ਆ ਸਾਡੇ ਨਾਲ ਮੌਜੂਦ ਰਹਿਣਗੇ ਇਸ ਖਾਸ ਮੁਲਾਕਾਤ ਦੇ ਵਿੱਚ ਸੁਖ ਜੋਲ ਜੋਲ ਸਾਹਿਬ ਸਵਾਗਤ ਹੈ ਹਸਤੀ ਕਾਲਵਾਏ ਗੁਰਜੀਕਾ ਖਾਲਸਾ ਵਾਇਗੁਰਜੀ ਦੀ ਫੋਟੋ ਵਾਇਗੁਰਜੀ ਦੀ ਠੀਕ ਠਾਕ ਹੋ ਬਾਈ ਹਾਂਜੀ ਚੱਲ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਦਸਤਾਰ ਸਜਾਉਣ ਲੱਗੇ ਹਾਂਜੀ ਤੁਹਾਨੂੰ ਵੀ ਸਭ ਤੋਂ ਪਹਿਲਾਂ ਮੇਰਾ ਬਾਈ ਸਵਾਲ ਇਹੀ ਆ ਵੀ ਕਿਵੇਂ ਸੋਚਿਆ ਮਨ ਦੇ ਵਿੱਚ ਦਸਤਾਰ ਵਾਲਾ ਇਹ ਐਵੇਂ ਸੀ ਬਾਈ ਇੱਕ ਤਾਂ ਮਤਲਬ ਕਿ ਹਨਾ ਸ਼ੁਰੂ ਚੋਂ ਮਤਲਬ ਕਿਹੜਾ ਆਪਣਾ ਮਤਲਬ ਕਿ ਭਾਈ ਸੀਗਾ ਹਨਾ ਉਹ ਮਤਲਬ ਕਿ ਸਜਾਉਂਦਾ ਸੀਗਾ ਦਸਤਾਰ ਤੇ ਉਹ ਮੈਨੂੰ ਕਿਸ ਦਿਨ ਅਸੀਂ ਆਈ ਮਤਲਬ ਕਿ ਬੈਠੇ ਸੀਗੇ ਤੇ ਇੱਕ ਮਤਲਬ ਕਿ ਸਿੱਧੂ ਮੂਸੇ ਵਾਲੇ ਜਦੋਂ ਮਤਲਬ ਕਿ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਦੋਂ ਬਾਅਦ ਟ੍ਰਿਬਿਊਟ ਵੀਡੀਓ ਵੀ ਬਣਾਉਣੀ ਆ ਸੀ ਅਸੀਂ ਤੇ ਉਹਦੇ ਕਰਕੇ ਉਹ ਕਹਿੰਦਾ ਵੀ ਆਪਾਂ ਬਾਈ ਬਨ ਕੇ ਦੇਖਦੇ ਆਂਗੇ ਤੇਰੇ ਵੀ ਦਸਤਾਰ ਸਜ ਕੇ ਦੇਖਦਾ ਮੈਂ ਹਾਂ ਵੀ ਚਲੋ ਠੀਕ ਆ ਹਨਾ ਦਾੜੀ ਚੱਲ ਮੈਂ ਪਹਿਲਾਂ ਮਤਲਬ ਕਿ ਐ ਵੱਡੀ ਮਤਲਬ ਕਰਨ ਦੀ ਸੋਚ ਰਿਹਾ ਸੀਗਾ ਤੇ ਉਹ ਜਾ ਕੇ ਦੇਖੀ ਤਾਂ ਮਤਲਬ ਕਿ ਮੈਨੂੰ ਆਪ ਦੇ ਆਪ ਨੂੰ ਜਦ ਮੈਂ ਸ਼ੀਸ਼ੇ 'ਚ ਖੜ ਕੇ ਦੇਖਿਆ ਮੈਨੂੰ ਉਹ ਚੀਜ਼ ਵਧੀਆ ਲੱਗੀ ਮਤਲਬ ਕਿ ਆਪਾਂ ਕੋਸੋ ਵੀ ਲਾ ਲਓ ਆਪ ਨੂੰ ਸੋਹਣਾ ਲੱਗਿਆ ਹਨਾ ਵੀ ਆ ਜਿਆ ਕਰਾਂਗੇ ਵੀ ਚਲ ਐ ਮੈਂ ਇੱਕ ਵਾਰੀ ਮਨ ਚ ਕਿਸੇ ਨੂੰ ਦੱਸਿਆ ਨਹੀਂ ਉਸ ਦਿਨ ਬਾਅਦ ਚਲ ਅਸੀਂ ਵੀਡੀਓ ਸ਼ੂਟ ਕੀਤੀਆਂ ਉਸ ਦਿਨ ਬਾਅਦ ਮਹਾ ਵੀ ਚਾ ਕਦੇ ਨਾ ਕਦੇ ਬੰਨਣ ਲੱਗ ਗਏ ਐਵੇਂ ਕਰਦੇ ਮੈਂ ਆਪਦੇ ਘਰੇ ਪੁੱਛਿਆ ਫੈਮਿਲੀ ਨੂੰ ਪੁੱਛਿਆ ਮਹਾ ਵੀ ਮੈਂ ਸੋਣਾ ਲਾਦਾਗਾ ਜਾਂ ਵੀ ਕਿਵੇਂ ਤੁਹਾਨੂੰ ਵਧੀਆ ਲੱਗਦਾ ਵੀ ਜੇ ਮੈਂ ਬੰਨਣ ਲੱਗ ਜਾਂ ਕਰਦੇ ਕਹਿੰਦੇ ਵੀ ਬਹੁਤ ਮਤਲਬ ਕਿ ਵਧੀਆ ਲੱਗਦਾ ਵੀ ਪਰ ਇੱਕ ਗੱਲ ਆ ਵੀ ਹੁਣ ਤੂੰ ਮਤਲਬ ਕਿ ਕਹਿ ਰਿਹਾ ਵੀ ਹਾਂ ਮੈਂ ਬੰਨਿਆ ਕਰੂੰਗਾ ਵੀ ਕੱਲ ਨੂੰ ਆ ਕੇ ਤੂੰ ਕਹੇ ਵੀ ਹਾਂ ਮੈਂ ਚੀਜ਼ ਨੂੰ ਵੀ ਮੈਨੂੰ ਔਖਾ ਲੱਗਦਾ ਜਾਂ ਕੁਝ ਵੀ ਵੀ ਕਿਸੇ ਰੀਜਨ ਕਰਕੇ ਸੱਡੇ ਵੀ ਤੂੰ ਆਪਦਾ ਫੈਸਲਾ ਵੀ ਇੱਕ ਲੈ ਵੀ ਅ ਵੀਡੀਓ ਵੀ ਤੋ ਕਰਨਾ ਮਹਾ ਵੀ ਨਹੀਂ ਵੀ ਮੈਂ ਫਿਰ ਥੋੜੇ ਟਾਈਮ ਸੋਚਿਆ ਕੁ ਦੋ ਦਿਨ ਹੈਨਾ ਫਿਰ ਮਹਾ ਵੀ ਨਹੀਂ ਮਾ ਵੀ ਹੁਣ ਮੈਂ ਰੱਖੂਗਾ ਪੱਕਾ ਅਸੀਂ ਜਾਇਆ ਕਰੂੰ ਦਸਤਾਰ ਬੰਨਿਆ ਕਰੂੰਗਾ ਵੀਡੀਓ ਵਿੱਚ ਵੀ ਬਨੂਗਾ ਜੋ ਆਪਾਂ ਘਰੇ ਲਾਈਫ ਤੇ ਨੋਰਮਲ ਲਾਈਫ ਉੱਥੇ ਵੀ ਬਨਾਂਗੇ ਜੀ ਤੁਸੀਂ ਅੱਜ ਇਹ ਪਹਿਲੀ ਵਾਰ ਆਨ ਰਿਕਾਰਡ ਦੱਸ ਰਹੇ ਹੋ ਕਿ ਜਿਹੜੇ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਦੱਸਤਾ ਤੁਸੀਂ ਇਹ ਨਹੀਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਜੀ ਬਸ ਵੈਸੇ ਹੀ ਮਤਲਬ ਕਿ ਹੁਣ ਆਪਾਂ ਸੋਸ਼ਲ ਵੀਡੀਓ ਤੇ ਬਸ ਦਸਤਾਰਸ ਜਾ ਕੇ ਵੀਡੀਓ ਪਾਉਣ ਲੱਗ ਗਏ ਵਿੱਚ ਲੋਕ ਕਹਿੰਦਾ ਮਤਲਬ ਕਿ ਵੀ ਬਾਈ ਨੇ ਅਮਰ ਸਾਹਿਬ ਲਿਆ ਬਾਈ ਸੂਟ ਕਰਨ ਲਈ ਪਗਵੰਦਾ ਹੁੰਦਾ ਹੁੰਦਾ ਜਾਂ ਕੀ ਚੱਕਰ ਆ ਉਹ ਕਹਿੰਦਾ ਵੀ ਬਾਈ ਵਧੀਆ ਬੰਨਿਆ ਕਰ ਬੱਚ ਲੋ ਰਿਕਵੈਸਟਾਂ ਕਰ ਰਹੇ ਕੇ ਵੀ ਉਹ ਚੀਜ਼ ਮੈਨੂੰ ਥੋੜੀ ਹੋਰ ਹੀ ਲੱਗੀ ਵੀ ਆਪਾਂ ਵੀ ਮੈਂ ਚੀਜ਼ ਨੂੰ ਦੱਸਾਂ ਵੀ ਹਾਂ ਵੀ ਮੈਂ ਦਸਤਾਰ ਬੰਨਣਾ ਲੱਗ ਗਿਆ ਹਨਾ ਵੀ ਚਾ ਲੋਕਾਂ ਨੂੰ ਪਤਾ ਲੱਗ ਜਾਂਦਾ ਹੁਣ ਆਪਾਂ ਜਦੋਂ ਬੰਦਾ ਬੰਨਦਾ ਹਨਾ ਤਾਂ ਬੰਨਦਾ ਬਸ ਜੀ ਹਾਂ ਜੀ ਖਾਸ ਕਰਕੇ ਜੇ ਪਹਿਲਾਂ ਵਾਲੀ ਜ਼ਿੰਦਗੀ ਗੱਲ ਕਰਾਂ ਬਚਪਨ ਤੋਂ ਬਾਅਦ ਜਾਂ ਜਦੋਂ ਤੁਸੀਂ ਡਰੱਗ ਲੈਣ ਲੱਗੇ ਹੋ ਜਾਂ ਨਸ਼ਾ ਕਰਨ ਲੱਗੇ ਹੋ ਉਹ ਕਿਹੋ ਜਿਹੇ ਹਾਲਾਤ ਸੀਗਾ ਕੀ ਕਾਰਨ ਰਹੇ ਕੋਈ ਘਰ ਦੇ ਹਾਲਾਤ ਸੀ ਜਾਂ ਕੋਈ ਸੰਗਤ ਐਸੀ ਹੋਗੀ ਕਾਰਨ ਕੀ ਰਿਹਾ ਉਹ ਬਾਈ ਇੱਕ ਤਾਂ ਸੰਗਤ ਹੀ ਬਾਈ ਆਪਾਂ ਜਿਵੇਂ ਕਹਿ ਦਿੰਦੇ ਹਣਾ ਵੀ ਸੰਗਤ ਦੀ ਆਪਣੇ ਥੋੜੀਆਂ ਆ ਜਾਂਦੀ ਹੁੰਦੀ ਨੇ ਆ ਤਾਂ ਇੱਕ ਤਾਂ ਸੰਗਤ ਦਾ ਅਸਰ ਸੀਗਾ ਤੇ ਦੂਜੀ ਬਾਈ ਜਿਵੇਂ ਆਪਾਂ ਕਹਿ ਦੀ ਵੀ ਮੈਂ ਨਾ ਕਬੱਡੀ ਖੇਡਦਾ ਸੀਗਾ ਬਾਈ ਮਤਲਬ ਕਿ 13-14 ਸਾਲ ਦੀ ਉਮਰ ਸੀ ਹੁਣ ਕਬੱਡੀ ਮਤਲਬ ਜਾਨ ਲੱਗ ਗਿਆ ਸੀ ਕਿ ਕਬੱਡੀ ਖੇਡਣ ਲੱਗ ਗਿਆ ਸੀਗਾ ਮਤਲਬ ਕਿ ਮੈਂ 3 ਸਾਲ ਬਹੁਤ ਜ਼ਿਆਦਾ ਮਤਲਬ ਕਿ ਪ੍ਰੈਕਟਿਸ ਕੀਤੀ ਮਤਲਬ ਕਿ ਉਹ ਲੈਵਲ ਦੀ ਨਹੀਂ ਕੀਤੀ ਜਿਹੜੀ ਹੁਣ ਲੈਵਲ ਦੀ ਕਰਦਾ ਉਹ ਜਿਹੜੀ ਨੋਰਮਲ ਪ੍ਰੈਕਟਿਸ ਕਰਦਾ ਸੀ ਪਰ ਮਦੋਂ ਮੈਨੂੰ ਵੀ ਲੱਗਦਾ ਬਹੁਤ ਪ੍ਰੈਕਟਿਸ ਕਰਦਾ ਹਣਾ ਉਹ ਮੈਂ 3 ਸਾਲ ਮਤਲਬ ਕਿ ਵੀ ਹਾਰ ਜਾਂਦੇ ਸੀ ਬਈ ਤੁਰ ਜਾ ਕੇ ਨਾ ਵਧੀਆ ਮੈਚ ਖੇਡੀਏ ਨਾ ਸੈਮੀਫਾਈਨਲ ਕੁਆਟਰ ਉੱਥੇ ਜਾ ਕੇ ਹਾਰ ਜਾਣਾ 3 ਸਾਲ ਤੋਂ ਹਾਰਦੇ ਰਹੇ ਉਹ ਤੋਂ ਮਤਲਬ ਕਿ ਮੈਨੂੰ ਐ ਇਹ ਫੀਲ ਹੁੰਦਾ ਸੀ ਵੀਰ ਵੀ ਇਹ ਡਾਕ ਮੈਂ ਮੈਡਲ ਜਿਹੜਾ ਹੁੰਦਾਗਾ ਵੀ ਡੜੀ ਮੱਜ ਜਿੱਤ ਕੇ ਹੈਨਾ ਮਤਲਬ ਕਿ ਉਹ ਬਾੜੀ ਇੱਛਾ ਰਹਿੰਦੀ ਸੀਗੀ ਤੇ ਉਹਦੇ ਵਿੱਚੋਂ ਚਲੋ ਕਬੱਡੀ ਦੇ ਵਿੱਚ ਨਹੀਂ ਕੁਸ ਬਣਿਆ ਮੈਂ ਉਹ ਗੇਮ ਛੱਡਤੀ ਉਸ ਤੋਂ ਬਾਅਦ ਚ ਬਸ ਫਿਰ ਵਿਹਲੇ ਹੁੰਦੇ ਸੀ ਤਾਂ ਸੰਗਤ ਨਾਲ ਉਹ ਜੀ ਰਲ ਗਈ ਤਾਂ ਫਿਰ ਡਰੱਗ ਚ ਪੈ ਗਏ ਬਈ ਹੂੰ ਹਾਂਜੀ ਨਸ਼ਾ ਵੀ ਬਹੁਤ ਕੀਤਾ ਹੈ ਅਕਸਰ ਮੈਂ ਤੁਹਾਡੀਆਂ ਬਹੁਤ ਸਾਰੀਆਂ ਮੁਲਾਕਾਤਾਂ ਕੀਤੀ ਜਦੋਂ ਪਹਿਲਾਂ-ਪਹਿਲਾਂ ਤੁਸੀਂ ਵਾਇਰਲ ਹੋਏ ਹੋ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਦੇਖ ਦੇਖਦੇ ਰਹੇ ਜਦੋਂ ਵਾਪਸ ਆਏ ਹੋ ਕਿਹੜੀ ਚੀਜ਼ ਨੇ ਝੰਜੋੜਤਾ ਜਾਂ ਕਿਹੜੀ ਚੀਜ਼ ਨੂੰ ਲੈ ਕੇ ਤੁਹਾਨੂੰ ਲੱਗਿਆ ਵੀ ਹਾਂ ਯਾਰ ਇਹਨੂੰ ਮੈਂ ਤਿਆਗ ਕਰਦਾ ਜਾਂ ਮੇਰੀ ਮੌਤ ਬਹੁਤ ਨਜ਼ਦੀਕ ਆ ਗਈ ਹਾਂਜੀ ਹਾਂਜੀ ਉਹ ਮਤਲਬ ਕਿ ਵੈਸਤਾ ਜੀ ਬਹੁਤ ਸਾਰੇ ਰੀਜ਼ਨ ਹੁੰਦੇ ਆਗੇ ਜਦੋਂ ਬੰਦਾ ਕੋਈ ਫੈਸਲਾ ਲੈਂਦਾ ਹਨਾ ਕਿਉਂਕਿ ਬਹੁਤ ਵੱਡਾ ਫੈਸਲਾ ਹੁੰਦਾ ਹਨਾ ਵੀ ਛੱਟਾ ਛੱਡਣ ਦਾ ਕਿਉਂਕਿ ਬੰਦਾ ਚਾਹੁੰਦਾ ਹੁੰਦਾ ਪਰ ਛੱਡਿਆ ਨਹੀਂ ਜਾਂਦਾ ਹੁੰਦਾ ਉਹ ਮਤਲਬ ਕਿ ਫੈਸਲਾ ਐਵੇਂ ਸੀ ਬਾਈ ਮਤਲਬ ਕਿ ਵੀ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਵੀ ਸਾਰੇ ਮੇਥੋਂ ਮਤਲਬ ਕਿ ਆਪਣ ਮੁੱਖ ਮੋੜ ਗਏ ਸੀਗੇ ਵੀ ਹੁਣ ਇੱਕ ਬੰਦਾ ਹੈਗਾ ਉਹ ਡੇਲੀ ਹੁਣ ਨਸ਼ੇ ਪੱਤੇ ਆਪਦੀ ਉਹਨੇ ਸੋਚੀ ਰਹਿਣੀ ਹੈਣਾ ਅੱਡ ਸਾਰਾ ਕੁਝ ਰਹਿਣਾ ਤਾਂ ਕਰਦੇ ਆਪਣੇ ਮੁੱਖ ਮੋੜ ਲਾਗੇ ਸੀਗੇ ਬਾਈ ਮਤਲਬ ਕਿ ਮੈਨੂੰ ਪਿਆਰ ਨਾਲ ਨਾ ਬੁਲਾਉਣਾ ਹੈਣਾ ਚਲੋ ਖੁਸ਼ੀਆਂ ਤਾਂ ਬਾਈ ਚਲੀਆਂ ਹੀ ਜਾਂਦੀਆਂ ਉਹ ਬੰਦਾ ਸ਼ੁਰੂਆਤ ਕਰ ਦਿੰਦਾ ਹੈਣਾ 2-3 ਸਾਲ ਤਾਂ ਆਪਣੇ ਘਰੇ ਜਿਵੇਂ ਕੋਈ ਹੱਸਿਆ ਵੀ ਨਹੀਂ ਹੈਗਾ ਤੇ ਮਤਲਬ ਕਰਦੇ ਆ ਮਤਲਬ ਮੁੱਖ ਮੋੜ ਲਾਗੇ ਜਿਵੇਂ ਆਪਣਾ ਸਮਝ ਲਓ ਕਿ ਪਿਆਰ ਹੁੰਦਾ ਸਮਝ ਲਓ ਹੈਣਾ ਵੀ ਉਹ ਵੀ ਮੁੱਖ ਮੋੜ ਲਾਗੇ ਨੇ ਮੇਰੇ ਯਾਰ ਦੋਸਤ ਸੀਗੇ ਉਹ ਮੇਰੇ ਨਾਲ ਟੁੱਟ ਗਏ ਉਸ ਤੋਂ ਬਾਅਦ ਜਦੋਂ ਮੈਂ ਕੱਲਾ ਰਹਿ ਗਿਆ ਸੀ ਉਹ ਚੀਜ਼ ਤੇ ਫਿਰ ਮੈਂ ਮਤਲਬ ਕਿ ਮੈਂ ਉਹ ਵੀਡੀਓ ਵੀ ਬਹੁਤ ਟਾਈਮ ਪਹਿਲਾਂ ਭਾਈ ਸਾਹਿਬ 2-3 ਸਾਲ ਪਹਿਲਾਂ ਮਤਲਬ ਰੀਲ ਤੇ ਪਾਈ ਸੀ ਤੇ ਉਹ ਵੀਡੀਓ 'ਚ ਦੱਸਿਆ ਸੀ ਵੀ ਇੱਕ ਰਾਤ 'ਚ ਵੀ ਮੇਰੀ ਆਪਦੀ ਇੱਕ ਤਰ੍ਹਾਂ ਵੀ ਜ਼ਿੰਦਗੀ ਕਿਵੇਂ ਬਦਲੀ ਵੀ ਸੋਚ ਨਾਲ ਆਪਦੀ ਨਾਲ ਉਹ ਦਿਨ ਵੀ ਮੈਂ ਰਾਤ ਨੂੰ ਮਤਲਬ ਕਿ ਐਂ ਵਧੀਆ ਪੂਰਾ ਐ ਮਤਲਬ ਕਿ ਨਸ਼ੇ 'ਚ ਸੀਗਾ ਤੇ ਰਾਤ ਨੂੰ ਆ ਕੇ 1:00 ਵੱਜਿਆ ਹੋਇਆ ਸੀਗਾ ਰਾਤ ਨੂੰ ਮੈਂ ਪਿਆ ਮੈਂ ਕਿਹਾ ਵੀ ਚੱਲ ਜੇ ਸਾਰਾ ਕੁਝ ਹੋ ਗਿਆ ਵੀ ਤੁਹਾਨੂੰ ਛੱਡ ਵੀ ਗਿਆ ਹਣਾ ਬਹੁਤ ਕੁਝ ਜ਼ਿੰਦਗੀ ਦੇਖ ਲਿਆ ਤੇ ਮੈਂ ਕਿਹਾ ਵੀ ਹੁਣ ਆਪਾਂ ਐ ਕਰਦੇ ਆ ਵੀ ਜਿੰਨੇ ਕੇ ਹਿਸਾਬ ਕਿਤਾਬ ਲਾ ਕੇ ਦੇਦਾ ਵੀ ਤੈਨੂੰ ਨੁਕਸਾਨ ਕਿੱਥੇ ਹੋਇਆ ਫਾਇਦਾ ਕਿੱਥੇ ਹੋਇਆ ਉਹ ਚੀਜ਼ ਮਤਲਬ ਕਿ ਬੜੀ ਵੱਡੀ ਸੀ ਮੇਰੇ ਲਈ ਜਿਹਨੇ ਮਤਲਬ ਕਿ ਜ਼ਿੰਦਗੀ ਹੀ ਬਦਲ ਦਿੱਤੀ ਮੇਰੀ ਤੇ ਮੈਂ ਰਾਤ ਨੂੰ ਕਾਪੀ ਪੈਨੇ ਚੱਕਿਆ ਦੇ ਉੱਪਰ ਲਿਖਣ ਲੱਗ ਗਿਆ ਪਹਿਲੇ ਸਾਲ ਕੀ ਦੇਖਿਆ ਮਹਾ ਵੀ ਪਹਿਲੇ ਸਾਲ ਮੈਂ ਹਨਾ ਕਬੱਡੀ ਗੇਮ ਖੇਡੀ ਉਹਦੇ ਵਿੱਚ ਕੀਤਾ ਪੈਸਾ ਬਰਬਾਦ ਕੀਤਾ ਹਨਾ ਕੋਈ ਮਾਪੇ ਘਰ ਦੇ ਨਾਲ ਕੰਮ ਨਹੀਂ ਕੀਤਾ ਜਾਂ ਕੁਝ ਨਹੀਂ ਬੋਲ ਕਿ ਚੱਜ ਦਾ ਕੰਮ ਕੋਈ ਨਹੀਂ ਵੀ ਜ਼ੀਰੋ ਫਾਇਦਾ ਹੋਇਆ ਮੈਨੂੰ ਦੂਜੇ ਸਾਲ ਦੇਖਿਆ ਉਹਦੇ ਵਿੱਚ ਦੇਖਿਆ ਵੀ ਮੈਂ ਨਸ਼ੇ ਕੀਤੇ ਆ ਹਨਾ ਤੀਜੇ ਸਾਲ ਦੇਖਿਆ ਵੀ ਮੈਂ ਜਾਰੀਆਂ ਚ ਉਹ ਕਰਤਾ ਜਾਂ ਉੱਥੇ ਰੱਲਿਆ ਵੀ ਚੀਜ਼ਾਂ ਚ ਦੇ ਵਿੱਚ ਮੈਨੂੰ ਫਾਇਦਾ ਕਿਹੜੀ ਚੀਜ਼ ਦਾ ਹੋਇਆ ਉਹ ਸਾਰੇ ਵਿੱਚ ਜ਼ੀਰੋ ਫਾਇਦੇ ਹੋਏਗੇ ਫਿਰ ਮੈਂ ਉਦੋਂ ਮੈਂ ਇੱਕ ਚੀਜ਼ ਸੋਚੀ ਮੈਂ ਵੀ ਹੁਣ ਜ਼ਿੰਦਗੀ ਨਹੀਂ ਲੰਘੀ ਸਾਰਾ ਕੁਝ ਕਰ ਲਿਆ ਮੈਂ ਹੁਣ ਆਪਾਂ ਐ ਕਰਕੇ ਦੇਖਦਾ ਵੀ ਇੱਕ ਸਾਲ ਨਾ ਜ਼ਿੰਦਗੀ ਦਾ ਇਹ ਜੱਜਾਂ ਕੇ ਦੇਖਦੇ ਆ ਵੀ ਜਿਹਦੇ ਵਿੱਚ ਵੀ ਆ ਕੋਈ ਨਸਾ ਨਹੀਂ ਹੋ ਉਤਰੀ ਜ਼ਿੰਦਗੀ ਚ ਵੀ ਤੂੰ ਘਰ ਦੇ ਨਾਲ ਵਧੀਆ ਕੰਮ ਕਰਾਉਣਾ ਆਪਾਂ ਦਿਮਾਗ ਚ ਫਿਲਮ ਬਣਾਉਣ ਲੱਗ ਜਾਂਦੇ ਇੱਕ ਤਰ੍ਹਾਂ ਦੀ ਉਹ ਮੈਂ ਫਿਲਮ ਬਣਨ ਲੱਗੀ ਵੀ ਮੈਂ ਇਹ ਜੀ ਜ਼ਿੰਦਗੀ ਚੋਂ ਕੇ ਦੇਖਦਾ ਇੱਕ ਸਾਲ ਵੀ ਉਦੋਂ ਬਾਅਦ ਚ ਰਿਜ਼ਲਟ ਦੇਖਾਂਗੇ ਵੀ ਉਹ ਚੀਜ਼ ਦਾ ਕੀ ਆਉਂਦਾਗਾ ਉਦੋਂ ਹੀ ਤੋਂ ਫਿਰ ਮੈਂ ਦੂਜੇ ਦਿਨ ਤੋਂ ਮਤਲਬ ਕਹਿ ਨਹੀਂ ਵੀ ਦੂਜੇ ਦਿਨ ਉੱਠਿਆ ਤੇ ਬਸ ਨਸੇ ਛੜਤੇ ਉਹ ਚੀਜ਼ ਨਹੀਂ ਵੀ ਹੌਲੀ ਹੌਲੀ ਉਦੋਂ ਮਤਲਬ ਕਿ ਮੈਂ ਮਹੀਨੇ ਕੇ ਬਾਅਦ ਇੱਕ ਨਸਾ ਛੜਤਾ ਥੋੜੇ ਕੇ ਟਾਈਮ ਬਾਅਦ ਫਿਰ ਘੱਟ ਕਰਨ ਲੱਗ ਗਿਆ ਉਹ ਚੀਜ਼ ਕਰਕੇ ਹੌਲੀ ਹੌਲੀ ਫਿਰ ਮੈਂ ਉਹ ਵਰਕਆਊਟ ਨਾਲ ਜਾਣ ਲੱਗ ਗਿਆ ਪਹਿਲਾਂ ਮੈਂ ਕਬੱਡੀ ਵਾਲੇ ਵਰਕਆਊਟ ਕਰਦਾ ਹੁੰਦਾ ਸੀਗਾ ਉਦੋਂ ਬਾਅਦ ਛੜਤਾ ਸੀਗਾ ਤੇ ਉਦੋਂ ਬਾਅਦ ਨਸਾ ਨਸਾ ਕਰਕੇ ਫਿਰ ਮੈਂ ਕਿਹਾ ਵੀ ਹੁਣ ਸੁਧਰਨ ਲੱਗ ਗਏ ਹੁਣ ਵਰਕਆਊਟ ਵੀ ਮਹਾ ਵੀ ਚੱਲ ਵੀ ਜਿਆਦਾ ਨਹੀਂ ਕੋਸੇ ਵੀ ਘਰੇ ਪੁਸ਼-ਅਪ ਕਰ ਲਿਆ ਕਰਾਂਗੇ ਉਹ ਚੀਜ਼ ਤੋਂ ਫਿਰ ਮੈਂ ਸਟਾਰਟ ਕਰਤੀ ਉਹ ਚੀ ਹਾਂਜੀ ਉਹ ਚੀਜ਼ ਦਾ ਬਹੁਤ ਫਰਕ ਆ ਮਤਲਬ ਕਿ ਐ ਇੱਕ ਤਾਂ ਹੁੰਦਾ ਮਤਲਬ ਕਿ ਚਲੋ ਮੈਂ ਉਹਦਾ ਬਹੁਤ ਚੀਜ਼ਾਂ ਸੋਚੀ ਸੀ ਮੈਂ ਵਰਕਆਊਟ ਸਟਾਰਟ ਕੀਤਾ ਸੀ ਮੈਂ ਮਤਲਬ ਕਿ ਐ ਕੋਈ ਗੱਲ ਹੋਈ ਸੀਗੀ ਐ ਮੈਂ ਵਰਕਆਊਟ ਕਰਨ ਲੱਗਿਆ ਸੀ ਤੇ ਰਾਤ ਨੂੰ ਸ਼ਾਮ ਨੂੰ ਤੇ ਡੈਡੀ ਮੈਨੂੰ ਕਹਿੰਦਾ ਤੇ ਮੈਂ ਪੁੱਛੋ ਪਲਾਉਣ ਲੱਗ ਗਿਆ ਸੀਗਾ ਤੇ ਮੈਂ ਮਤਲਬ ਕਿ ਐ ਕਰਨ ਲੱਗਿਆ ਸੀ ਡੈਡੀ ਮੇਥੋਂ ਹੋ ਜਾਣੀ ਹੈਗਾ ਤੇ ਡੈਡੀ ਮੈਨੂੰ ਕਹਿੰਦਾ ਵੀ ਹੁਣ ਕਹਿੰਦਾ ਪੱਤਰੇ ਚ ਉਹ ਕਿੱਥੇ ਗੱਲਾਂ ਵੀ ਉਹ ਤਾਂ ਵੀ ਤੂੰ ਭੁੱਲ ਜਾ ਆਪਣਾ ਹੁਣ ਮੇਰਾ ਬੇਟਾ ਦ 48 ਕਿਲੋ ਹੀ ਰਹਿ ਗਿਆ ਸੀ ਮਤਲਬ ਕਿ ਬਿੰਨਾ ਜ਼ਿਆਦਾ ਖਤਮ ਹੋਇਆ ਵੈਸੀ ਆਪਾਂ ਕਹਿੰਦਾ ਵੀ ਹਰ ਹੁਣ ਤੇਰੇ ਚ ਕਿੱਥੇ ਉਹ ਗੱਲ ਹੈ ਤੇ ਮੈਂ ਚਲੋ ਡੈਡੀ ਨੂੰ ਕੁਛ ਨਹੀਂ ਕਿਹਾ ਮੈਂ ਵਰਕਆਊਟ ਕਰਦੇ ਕਰਦੇ ਪਰ ਸਟ ਦੰਬ ਲੈਣੇ ਹੁੰਦੇ ਆ ਮੈਂ ਪਰੇ ਜਾਂਦੇ ਨੇ ਮੈਂ ਮਨ ਸੋਚਿਆ ਮੈਂ ਕੋਈ ਗੱਲ ਨਹੀਂ ਆਪਾਂ ਵੀ ਇੱਕ ਦਿਨ ਇਹ ਆ ਜਾਊਗਾ ਵੀ ਤੇਰੇ ਪੁੱਤ ਲੋਕ ਸਲਾਹਾਂ ਲਿਆ ਕਰਨਗੇ ਮਤਲਬ ਕਿ ਮਨ ਤੇ ਆਪਦੇ ਵਿੱਚ ਨਾ ਇਮੇਜ ਦਿੱਤੀ ਉਹ ਚੀਜ਼ ਨੂੰ ਤੇ ਉਸ ਤੋਂ ਬਾਅਦ ਚ ਫਿਰ ਮੈਂ ਸੋਚਿਆ ਮੈਂ ਚੱਲ ਵੀ ਹੁਣ ਵੀ ਚਲ 1 ਉਹ ਚੀਜ਼ ਉਹਨੇ ਮੈਂ ठान ਲਈ ਸੀ ਹੁਣ ਲੱਗਦਾ ਤੁਸੀਂ ਉਸ ਸਕਸੈਸ ਤੱਕ ਪਹੁੰਚ ਗਏ ਜਿਹੜੀ ਸੋਚੀ ਸੀ ਹਾਂਜੀ ਹਾਂ ਮਤਲਬ ਕਿ ਉਹ ਚੀਜ਼ ਤੱਕ ਬਹੁਤ ਮੈਂ ਆਪਾ ਮੈਨੂੰ ਆਇਆ ਹੁੰਦਾ ਸੀ ਕਿ ਵੀ ਮੈਡਲ ਮਿਲਣਾ ਹੁਣ ਮਤਲਬ ਕਿ ਕਮਰੇ ਭਰੇ ਪਏ ਨੇਗੇ ਐ ਹੁੰਦਾ ਵੀ ਮੇਥੋਂ ਲੋਕ ਸਲਾਹਾਂ ਲਿਆ ਕਰਨਗੇ ਡਾਈਟ ਪਲਾਨ ਵਰਕਆਊਟ ਉਹ ਚੀਜ਼ ਚੱਲ ਰਹੀ ਆ ਹਨਾ ਵੀ ਫੇਮ ਚਾਹੀਦੀ ਸੀ ਪੈਸਾ ਚਾਹੀਦਾ ਸਭ ਕੁਝ ਸਾਰਾ ਹੈਗਾ ਪਰ ਹਜੇ ਵੀ ਮੈਨੂੰ ਇਹ ਚੀਜ਼ ਹੁੰਦਾ ਵੀ ਮੈਂ ਵੀ ਰੁਕਣਾ ਨਹੀਂ ਹੈਗਾ ਹਜੇ ਵੀ ਬਹੁਤ ਹੋਰ ਡ੍ਰੀਮ ਅੱਗੇ ਗਾਂ ਦੀਆਂ ਗਾਂ ਆਪਣੇ ਬਣਦੇ ਜਾਂਦੇ ਨੇ ਹੂੰ ਹਾਂਜੀ ਐਵੇਂ ਤੇ ਤੁਹਾਡੇ ਹੀ ਸਿਹਤ ਦੇ ਉੱਤੇ ਵੀ ਕਹਿੰਦੇ ਬਹੁਤ ਬੁਰਾ ਅਸਰ ਪਿਆ ਲੀਵਰ ਖਰਾਬ ਹੋ ਗਿਆ ਕਿਡਨੀ ਕੋਈ ਖਰਾਬ ਹੋਈ ਸੀ ਹਾਂਜੀ ਹਾਂ ਉਹ ਮਤਲਬ ਕਿ ਉਹ ਜਦੋਂ ਡਰੱਗ ਕਰਦੇ ਸੀਗੇ ਉਦੋਂ ਹੋ ਗਿਆ ਸੀਗਾ ਅੱਛਾ ਡਰੱਗ ਕਰਕੇ ਹੀ ਹੋ ਗਿਆ ਸੀ ਹਾਂਜੀ ਹਾਂ ਉਹ ਮਤਲਬ ਕਿ ਐ ਸੀਗਾ ਜੀ ਜਿਹੜੇ ਕਬੱਡੀ ਦੇ ਵਿੱਚ ਆਪਣਾ ਇੰਜੈਕਸ਼ਨ ਹੁੰਦਾ ਹੈਗਾ ਜੀ ਉਹ ਲਾਉਂਦੇ ਹੁੰਦੇ ਨੇਗੇ ਟਰਮਨ ਜਿਹਨੂੰ ਆਪਾਂ ਕਹਿੰਦੇ ਆ ਉਹ ਮਤਲਬ ਕਿ ਸਾਡੇ ਕੋਲ ਉਦਨੇ ਕੋਈ ਐਵੇਂ ਦੇਣ ਸੀਗਾ ਸਾਡੇ ਕੋਲ ਜਿਹੜਾ ਡਰੱਗ ਸੀਗਾ ਉਹ ਘੱਟ ਸੀਗਾ ਥੋੜਾ ਸੀਗਾ ਸਿਓ ਇੰਜੈਕਸ਼ਨ ਦੇ ਵਿੱਚ ਵਿੱਚੀ ਡਰੱਗ ਤੇ ਵਿੱਚੀ ਉਹ ਟਰਮਨ ਉਹ ਮਿਕਸ ਕਰਕੇ ਲਾ ਲਈ ਸੀ ਸਾਨੂੰ ਆਇਆ ਸੀ ਕਿ ਹੁਣ ਕੋ ਹੈ ਨਹੀਂਗਾ ਵੀ ਨਸ਼ਾ ਵੱਧ ਕਰੂਗਾ ਉਹ ਚੀਜ਼ ਲਾ ਲਈ ਸੀ ਉਹ ਜਦੋਂ ਲਾਈ ਥੋੜੇ ਟਾਈਮ ਬਾਅਦੋਂ ਤਰੋਂ ਸਾਰਾ ਕੁਝ ਪਟਿਆ ਗਿਆ ਉਹ 2-3 ਦਿਨ ਮੈਂ ਦੇਖਿਆ ਮੈਂ ਤਾਂ ਕੋ ਖਾਦਾ ਹੀ ਨਾ ਨਾ ਮਤਲਬ ਕੋ ਪੀਤਾ ਤੀਜੇ ਚੌਥੇ ਦਿਨੋਂ ਪਾਣੀ ਥੋੜਾ ਜਿਹਾ ਪੀਤਾ ਉਹ ਬਾਹਰ ਆ ਗਿਆ ਫਿਰ ਮੈਂ ਕਰੀ ਦੱਸਤਾ ਮਹਾ ਵੀ ਮੈਂ ਤਾਂ ਵੀ ਕੋ ਖਾਦਾ ਪੀਤਾ ਨਹੀਂ ਮੈਨੂੰ ਤਾਂ 3-4 ਦਿਨ ਹੋ ਗਏ ਵੀ ਮੈਨੂੰ ਕੁਛ ਕਰੋ ਤੇ ਘਰ ਦੇ ਕਹਿੰਦੇ ਚੱਲੇ ਆਉਣੇ ਆ ਮਹਾ ਵੀ ਮੈਨੂੰ ਵੀ ਮੈਂ ਤਾਂ ਜਾਇਆ ਵੀ ਨਹੀਂ ਮੈਂ ਤਾਂ ਗੱਡੀ ਚ ਲੈ ਕੇ ਜਾਓ ਤੇ ਐ ਕਰਕੇ ਫਿਰ ਹਸਪੀਟਲ ਅੱਗੇ ਉੱਥੇ ਜਾ ਕੇ ਉਹਨਾਂ ਨੂੰ ਰਿਪੋਰਟਨ ਰਪਟਾਂ ਕੀਤੀ ਉਹ ਕਹਿੰਦਾ ਵੀ ਗਾਹਾਂ ਵੱਡੇ ਡਾਕਟਰ ਕੋਲੇ ਲੈ ਜਾਓ ਉੱਥੇ ਜਾ ਕੇ ਉਹਨੇ ਦੱਸਿਆ ਕਹਿੰਦਾ ਵੀ ਜੇ ਤੂੰ ਹੁਣ ਇਹ ਚੀਜ਼ ਕਰ ਲਈ ਵੀ ਤਾ ਖਤਮ ਆ ਵੀ ਉੰਤਰੀ ਚੀਜ਼ ਖਤਮ ਹੋ ਹੀ ਗਈ 90% ਤੇ ਹੁਣ ਕਿਵੇਂ ਹੁਣ ਹੁਣ ਉਹ ਚੀਜ਼ ਕਿਵੇਂ ਹੁਣ ਸਹੀ ਆ ਜੀ ਹੁਣ ਮਤਲਬ ਕਿ ਉਸ ਤੋਂ ਬਾਅਦ ਮੈਂ ਡਾਈਟੀ ਮਤਲਬ ਕਿ ਘ ਜੀ ਜੋ ਕਿ ਮਤਲਬ ਕਦੇ ਮੁੱਕਣੀ ਨਹੀਂ ਦਿੱਤੀ। ਹੂੰ। ਉਹ ਕਿ ਠੰਡੀਆਂ ਚੀਜ਼ਾਂ ਹੈ ਜੀ ਹੁਣ ਮੈਨੂੰ 1% ਵੀ ਐ ਫੀਲ ਨਹੀਂ ਹੁੰਦਾ ਵੀ ਇਹ ਚੀਜ਼ ਕਦੇ ਮਰੀਨ ਨਹੀਂ ਜਿਆਦਾ ਹੋ ਹੋ ਗਈ ਸੀ। ਤੇ ਹੁਣ ਕਦੇ ਤੁਸੀਂ ਟੈਸਟ ਵਗੈਰਾ ਕਰਾਇਆ ਹੁਣ ਸਹੀ ਆ। ਹਾਂਜੀ ਹਾਂ ਉਹ ਮਤਲਬ ਕਿ ਹੁਣ ਜਿਵੇਂ ਮੈਂ ਸਪਲੀਮੈਂਟ ਯੂਜ਼ ਕਰਦਾਗਾ ਹਨਾ ਉਹਦੇ ਕਰਕੇ ਮੈਨੂੰ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਰਿਪੋਰਟਾਂ ਕਰਾਉਣੀਆਂ ਪੈਂਦੀਆਂ ਨੇ ਸਾਰੀ ਬਲੂਡ ਟੈਸਟ ਕਰਾਉਣਾ ਹੁਣ ਉਹ ਸਹੀ ਆਉਂਦੇ ਬਿਲਕੁਲ। ਤੇ ਇਹ ਵੀ ਸੁਣਦੇ ਵਿੱਚ ਆਉਂਦਾ ਤੁਸੀਂ ਸਪਰੇਅ ਵੀ ਲਈ ਸੀ ਇੱਕ ਵਾਰ। ਹਾਂਜੀ ਹਾਂ ਉਹ ਵੀ ਪੀਤੀ ਸੀਗੀ ਜੀ। ਉਹ ਮਤਲਬ ਕਿ ਕੋਈ ਐਵੇਂ ਕੋਈ ਗੱਲ ਹੋ ਗਈ ਸੀਗੀ ਜਾਂ ਇਹ ਇੱਕ ਹੋਰ ਵੀ ਆ ਠੀਕ ਹੈ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆ ਬਹੁਤ ਘੱਟ ਲੋਕ ਹੁੰਦੇ ਜਿਹੜੇ ਸੱਚ ਬੋਲਦੇ ਆ ਤੁਸੀਂ ਕਾਫੀ ਪਹਿਲਾਂ ਵੀ ਆਪਣੀ ਗੱਲ ਹੋਈ ਸੀ ਹਾਂਜੀ ਹਾਂਜੀ ਤੁਸੀਂ ਜਿਹੜਾ ਇਹ ਅੰਦਰੋਂ ਸੱਚ ਬੋਲਣ ਵਾਲੀ ਗੱਲ ਆ ਇਹ ਵੀ ਜਦੋਂ ਬੰਦੇ 'ਚ ਕਹਿੰਦੇ ਜਿਆਦਾ એનર્ਜੀ ਆਵੇ ਜਾਂ ਜਿਆਦਾ ਸਹੀ ਚੀਜ਼ਾਂ ਵੱਲ ਹੋ ਜੇ ਤਾਂ ਆਪ ਮਹਾਰੇ ਫਿਰ ਦੁਨੀਆ ਦੀ ਪ੍ਰਵਾਹ ਨਹੀਂ ਹੁੰਦੀ ਹਾਂਜੀ ਉਹੀ ਚੀਜ਼ ਹੁੰਦੀ ਆ ਜੀ ਦੇਖੋ ਹੁਣ ਜਿਵੇਂ ਹੁਣ ਕਈ ਵਾਰ ਕੋਈ ਆਪਾਂ ਇੰਟਰਵਿਊ ਕਰਦੇ ਜੇ ਮੈਨੂੰ ਕੋਈ ਕਿਸੇ ਨੇ ਬੰਦੇ ਨੇ ਕਹੇ ਵੀ ਤਾ ਵੀ ਤੂੰ ਆ ਗੱਲ ਐ ਕਹਿਦੀ ਐ ਕਹਿਦੀ ਉੱਥੇ ਪਤਾ ਕੀ ਹੁੰਦਾ ਮੈਂ ਅਟ ਜਾਂਦਾ ਆ ਉਹ ਚੀਜ਼ ਤੇ ਮੈਂ ਆ ਕੇ ਹੁਣ ਆਪਣਾ ਆਪਾਂ ਕਦੇ ਉਹ ਚੀਜ਼ ਬੋਲੀ ਨਹੀਂ ਹੁੰਦੀ ਉਹ ਮੈਂ ੜਜਣਾ ਵੀ ਕਿਵੇਂ ਕਹਿਣੀ ਹੈਗੀ ਤਾਂ ਕਰਕੇ ਫਿਰ ਮੈਂ ਨਾਲ ਆਪਾਂ ਕਦੇ ਕਈ ਉਹ ਜਿਹੜੀ ਚ ਮਤਲਬ ਕਿ ਸੱਚ ਆ ਗਈ ਇੱਕ ਸਮਝ ਲਓ ਵੀ ਹੁਣ ਤੁਸੀਂ ਨੋਟ ਕਰ ਹੀ ਲਈਓ ਇਹ ਗੱਲ ਵੀ ਜੇ ਮੈਂ ਕੋਈ ਆਦੀ ਚੀਜ਼ ਚੀਜ਼ ਦੱਸਣ ਲੱਗਦਾ ਮੈਂ ਦੱਸੀ ਹੀ ਜਾਣਾ ਹੈ ਇਹ ਚੀਜ਼ ਨਹੀਂ ਹੈਗੀ ਵੀ ਹਾਂ ਕੋਈ ਚੀਜ਼ ਲੁਕੋ ਲੂੰਗਾ ਮੈਨੂੰ ਇਹ ਚੀਜ਼ ਤਾਂ ਵੀ ਕੋਈ ਮੈਨੂੰ ਜ਼ਿਆਦਾ ਹੋਣੀ ਲੱਗਦਾ ਹੈਗਾ ਵੀ ਹਾਂ ਮੈਨੂੰ ਉਹ ਨੁਕਸਾਨ ਹੋ ਜਾਏ ਦੇ ਵਿੱਚ ਉਹ ਹੋਊਗਾ ਜਿਹੜੀ ਚ ਹੈਗੀ ਆ ਹੈਗੀ ਹੈ ਜੀ ਬਸ ਸੱਚ ਤਾਂ ਸੱਚ ਹੀ ਰਹਿਣਾ ਬਸ ਹਾਂ ਸੱਚ ਮਤਲਬ ਕਿ ਮੈਂ ਸੱਚ ਨੂੰ ਮੰਨਦਾ ਹੈਗਾ ਵੀ ਸੱਚ ਸੀਗਾ ਹਾਂ ਸੀਗਾ ਯਾਰ ਵੀ ਇਹ ਥੋੜੀ ਆ ਵੀ ਹਾਂ ਵੀ ਉਹ ਬਦਲ ਜੂ ਜਾਂ ਮੇਰੇ ਨਾਲ ਟੁੱਟ ਜੂ ਵੀ ਨਹੀਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਵੀ ਲੋਕਾਂ ਨੂੰ ਦੱਸਣਾ ਵੀ ਪਹਿਲਾਂ ਮੈਂ ਨਸ਼ਾ ਕਰਦਾ ਰਹਿਆ ਹਾਂ ਮੈਂ ਹਾਂ ਜੀ ਹਾਂ ਇਹ ਸਹੀ ਕਿਉਂਕਿ ਦੁਨੀਆ ਲੁਕਾਉਂਦੀ ਆ ਚੀਜ਼ ਲੁਕਾਉਂਦੀ ਆ ਮੈਂ ਤੁਹਾਨੂੰ ਮੈਂ ਜਦੋਂ ਪਹਿਲੀ ਇੰਟਰਵਿਊ ਦਿੱਤੀ ਸੀਗੀ ਘਰ ਦੇ ਨੇ ਵੀ ਕਿਹਾ ਸੀ ਮੈਨੂੰ ਹੋਰ ਵੀ ਮਤਲਬ ਕਿਆ ਕਹਿੰਦੇ ਸੀ ਵੀ ਤੂੰ ਵੀ ਉਹ ਚੀਜ਼ਾਂ ਬਾਰੇ ਜ਼ਿਆਦਾ ਨਾ ਹੋ ਕਰੀ ਵੀ ਕੱਲ ਨੂੰ ਤੇਰਾ ਵਿਆਹ ਹੋਣਾ ਵੀ ਲਾਈਫ ਉਹ ਮੈਰਿਡ ਲਾਈਫ ਹੋਣੀ ਆ ਹਨਾ ਜਾ ਅੱਗੇ ਜਾ ਕੇ ਤੈਨੂੰ ਪ੍ਰੋਬਲਮ ਆ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਹੈਗਾ ਮੈਂ ਵੀ ਨਹੀਂ ਆਪਾਂ ਜਿਹੜਾ ਕੋਈ ਵੀ ਸੱਚ ਦੱਸਾਂ ਹੁਣ ਅਗਲੇ ਸਾਲ ਕਰਾ ਰਹੇ ਹਾਂ ਜੀ ਮੈਂ ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਤਸੱਲੀ ਵਾਲੀ ਗੱਲ ਹੂ ਤੁਹਾਡੇ ਲਈ ਵੀ ਜਿਹੜੇ ਤੁਹਾਡੇ ਜੀਵਨ ਸਾਥੀ ਹੋਣਗੇ ਉਹਨਾਂ ਨੂੰ ਵੀ ਸਭ ਕੁਝ ਪਤਾਗਾ ਵੀ ਤੁਸੀਂ ਪਹਿਲਾਂ ਕਿੱਦਾਂ ਸੀ ਉਹ ਚੀਜ਼ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਹਾਂ ਨਹੀਂ ਮਤਲਬ ਕਿ ਉਹਨੂੰ ਕੱਲ ਨੂੰ ਪਤਾ ਲੱਗਦੀ ਜਾਂ ਕੁਝ ਵੀ ਸੀਗਾ ਹਨਾ ਉਹ ਚੀਜ਼ ਗਲਤ ਲੱਗਦੀ ਹੁਣ ਏ ਟੂ ਜ਼ेड ਨੂੰ ਸਭ ਨੂੰ ਹੀ ਪਤਾਗਾ ਜੀ ਉਹ ਚੀਜ਼ ਵੀ ਹਾਂ ਹੋਈ ਵੀ ਆ ਵੀ ਅੱਜ ਇਹ ਬੰਦਾ ਇਹੋ ਜਿਹਾ ਹੈ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਮੇਥੋਂ ਵੀ ਹਾਂ ਬੰਦਾ ਪਹਿਲਾਂ ਇਹੋ ਸੀਗਾ ਸੀਗਾ ਯਾਰ ਪਹਿਲਾਂ ਸੀਗਾ ਹੂੰ ਹੁਣ ਫਿਰ ਜਿਵੇਂ ਅੱਗੇ ਥੋੜੇ ਬਾਪੂ ਜੀ ਨਾਲ ਵੀ ਘਰੇ ਬੈਠੇ ਗੱਲਬਾਤ ਮੈਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਵੀ ਸਾਡੇ ਕੋਲੇ ਇੰਨਾ ਵਾਹਣਾ ਆ ਆ ਗੱਲਬਾਤ ਆ ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਅੱਗੇ ਸੋਚ ਰਹੇ ਹੋ ਜਾਂ ਜਿਵੇਂ ਇਸ ਚੀਜ਼ ਨੂੰ ਲੈ ਕੇ ਹੁਣ ਤੁਸੀਂ ਬਹੁਤ ਸਾਰੇ ਜਿਹੜੇ ਗਾਣੇ ਆ ਉਹਨਾਂ ਦੇ ਵਿੱਚ ਆਇਓ ਜਾਂ ਕਿਵੇਂ ਆਪਦੇ ਕੈਰੀਅਰ ਨੂੰ ਸੋਚ ਰਹੇ ਹੋ ਵੀ ਇੱਧਰ ਜਾਣਾ ਇੱਧਰ ਜਾਣਾ ਹਾਂਜੀ ਉਹ ਐਵੇਂ ਸੀਗਾ ਜੀ ਮਤਲਬ ਕਿ ਗਾਣੇ ਤਾਂ ਚਲੋ ਹੁਣ ਮਤਲਬ ਕਿ ਮੈਨੂੰ ਕੋਈ ਆਫਰ ਆ ਜਾਂਦੀਆਂ ਨੇ ਗਿਆ ਮੇਰਾ ਮਤਲਬ ਕਿ ਪਹਿਲੇ ਦਿਨ ਤੋਂ ਵੀ ਪਲਾਨ ਹੈ ਨਹੀਂ ਸੀਗਾ ਵੀ ਮੈਂ ਕੋਈ ਮੋਡਲਿੰਗ ਕਰੂੰਗਾ ਜਾਂ ਉਹ ਚੀਜ਼ ਕਰੂੰਗਾ ਉਹ ਮੈਨੂੰ ਮਤਲਬ ਕਿ ਆਫਰ ਆ ਲੈਂਦੇ ਜੇ ਮਤਲਬ ਕਿ ਕੋਈ ਮੈਨੂੰ ਮੋਟੀਵੇਸ਼ਨਲ ਸੌਂਗ ਲੱਗਦਾ ਉਹਦੇ ਵਿੱਚ ਆਪਾਂ ਕਰ ਲਈਦਾਗਾ ਦੂਜੇ ਵੀ ਕੀਤੇ ਸੀ ਇੱਕ ਤੋਂ ਮੇਰਾ ਮਤਲਬ ਕਿ ਉਹਨਾਂ ਵਿੱਚ ਇੰਟਰਸਟ ਨਹੀਂ ਬਣਿਆ ਹੈਗਾ ਤੇ ਉਹ ਫਿਰ ਗਾਣੇ ਮੈਂ ਛੱਡ ਤੇ ਹੁਣ ਜੇ ਕੋਈ ਮੋਟੀਵੇਸ਼ਨਲ ਸੌਂਗ ਦਾ ਉਹ ਆ ਮੈਂ ਫਿਰ ਇਹ ਚੀਜ਼ ਦੇਖਦਾ ਵੀ ਕੱਲ ਨੂੰ ਵੀ ਮੈਂ ਮਤਲਬ ਕਿ ਵੀ ਪੰਜਾਬ ਦੇ ਵਿੱਚ ਜੇ ਨਾਮ ਵੱਜੇ ਕੈਲਿਸਟੇਨਿਕ ਗੇਮ ਦਾ ਤਾਂ ਵੀ ਉਹ ਮੇਰਾ ਨਾਮ ਵੱਜੇ ਵੀ ਆ ਯਾਰ ਸੁਖ ਜੋਹਲ ਨੇ ਆਪਣੇ ਪੰਜਾਬ ਚ ਕੈਲਿਸਟੇਨਿਕ ਗੇਮ ਲੈ ਕੇ ਆਂਦੀ ਸੀ ਵੀ ਹਾਂ ਵੀ ਮੈਂ ਵੀ ਮੈਂ ਸੋਚ ਵੀ ਰਿਹਾ ਹਾਂ ਕਿ ਮੈਂ ਟੂਰਨਾਮੈਂਟ ਕਰਾਇਆ ਕਰੂੰ ਇਹ ਚੀਜ਼ ਦੇ ਵੀ ਮੈਨੂੰ ਦੇਖ ਕੇ ਹੋਰ ਲੋਕ ਕਰਾਉਣ ਲੱਗਣਗੇ ਜਿਵੇਂ ਕਬੱਡੀ ਫੁੱਟਬਾਲ ਉਹ ਗੇਮਾਂ ਨੇ ਵੀ ਉਹ ਗੇਮਾਂ ਵਾਂਗੂ ਵੀ ਇਹ ਗੇਮ ਇੱਕ ਤਰ੍ਹਾਂ ਦੀ ਪੰਜਾਬ ਚ ਆ ਜਾਏ ਜਿਹੜੀ ਇਹ ਗੇਮ ਦੀ ਤੁਸੀਂ ਗੱਲ ਕਰਦੇ ਹੋ ਕਿਹੜੀ ਕੰਟਰੀ ਦੀ ਆ ਇਹ ਮਤਲਬ ਕਿ ਫੋਰਨ ਕੰਟਰੀ ਬਾਰੀਆਂ ਕੰਟਰੀਆਂ ਚ ਹੀ ਹੁੰਦੀ ਹੈ ਜੀ ਆਪਣੀ ਨਹੀਂ ਹੈਗੀ ਇਹ ਇੱਥੇ ਪੰਜਾਬ ਇੰਡੀਆ ਚ ਵੀ ਹੈਣੀ ਇੰਡੀਆ ਚ ਹੈਗੀ ਆ ਜੀ ਇੰਡੀਆ ਚ ਇੰਡੀਆ ਚ ਬਹੁਤ ਘੱਟ ਆ ਗਈ ਮਤਲਬ ਕਿ ਪੰਜਾਬ ਤੋਂ ਤਾਂ ਪਤਾ ਹੀ ਨਹੀਂ ਕਿਸੇ ਨੂੰ ਇਹ ਚੀਜ਼ ਬਾਰੇ ਇੰਡੀਆ 'ਚ ਹੈ ਜੀ ਇਹਦੇ ਵਿੱਚ ਬੇਸਿਕਲੀ ਜੇ ਮੈਂ ਥੋੜਾ ਜਿਹਾ ਪੁੱਛਾਂ ਵੀ ਹੁੰਦਾ ਕੀ ਕੀ ਹੈ ਜੀ ਇਹਦੇ ਵਿੱਚ ਜੀ ਫ੍ਰੀ ਸਟਾਈਲ ਪੁਸ਼-ਅਪ ਹੁੰਦੇ ਆਗੇ ਇੱਕ ਤਾਂ ਆਪਾਂ ਹੁੰਦਾ ਨੋਰਮਲ ਬਸ ਪੁਸ਼-ਅਪ ਲਾਈ ਜਾਂਦੇ ਆ ਬੰਦੇ ਫ੍ਰੀ ਸਟਾਈਲ ਦਾ ਮਤਲਬ ਵੀ ਕੋਈ ਲੱਗ ਲੱਗ ਤਰ੍ਹਾਂ ਦੇ ਫਲਾਈਂਗ ਪੁਸ਼-ਅਪ ਹੋਗੇ ਸਾਈਡ ਵਾਲੇ ਹੋਗੇ ਨੀ ਟੱਚ ਹੋਗੇ ਠੀਕ ਹੈ ਜੀ ਮਗਰ ਕਲਾਪ ਹੋ ਗਿਆ ਇਹ ਫ੍ਰੀ ਸਟਾਈਲ ਪੁਸ਼-ਅਪ ਹੋਗੇ ਇੱਕ ਇਹਦੇ ਵਿੱਚ ਨਾ ਸਟ੍ਰੀਟ ਵਰਕਆਊਟ ਜਿਵੇਂ ਕਿੜਾ ਆਪਾਂ ਪੋਲ ਤੇ ਕਰਦੇ ਆਂਗੇ ਵੀ ਮਤਲਬ ਕਿ ਬੰਦੇ ਦੇ ਸਰੀਰ 'ਤੇ ਚੀਟਪ ਕਿੰਨੀ ਕ ਆ ਗਈ ਜਿਵੇਂ ਫਰੰਟ ਲਿ ਉਹ ਸਟਰੀਟ ਵਰਕਆਊਟ ਮਤਲਬ ਕਿ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਹੁੰਦੀਆਂ ਜੀ ਹੁਣ ਜਿਵੇਂ ਤੁਸੀਂ ਟੂਰਨਾਮੈਂਟਾਂ ਤੇ ਆਲੇ ਕਬੱਡੀ ਦੇ ਟੂਰਨਾਮੈਂਟ ਜਾਂ ਮੇਲਿਆਂ ਦੇ ਵਿੱਚ ਉੱਥੇ ਵੀ ਤੁਸੀਂ ਇਹੀ ਚੀਜ਼ ਦਾ ਪ੍ਰਦਰਸ਼ਨ ਕਰਦੇ ਹੋ ਜੀ ਹਾਂਜੀ ਹਾਂ ਇਹ ਮੈਂ ਕਹਿੰਦਾ ਗੇਮ ਹੀ ਕਰਦਾ ਹੁੰਨਾਗਾ ਜੀ ਆਪਦੇ ਇਹਦੇ ਵਿੱਚ ਕਿਸੇ ਦੇ ਦੂਸਰੇ ਬੰਦੇ ਨਾਲ ਉਵੇਂ ਮੁਕਾਬਲਾ ਨਹੀਂ ਹੁੰਦਾ ਸਿੱਧਮ ਨਹੀਂ ਹਾਂਜੀ ਮੁਕਾਬਲਾ ਬਾਹਰਲੀ ਕੰਟਰੀ ਚ ਹੈ ਮੁਕਾਬਲਾ ਜੀ ਮਤਲਬ ਕਿ ਉਸ ਤਰੀਕੇ ਨਾਲ ਨਹੀਂ ਆਪਸ ਵਿੱਚ ਬੰਦੇ ਉਹ ਚੀਜ਼ ਕਰਨੀ ਮਤਲਬ ਕਿ ਇਹਦੇ ਵਿੱਚ ਉਹ ਪੁਆਇੰਟ ਗਿਣੇ ਜਾਂਦੇ ਨੇ ਜਿਮਨਾਸਟਿਕ ਜਿਮਨਾਸਟਿਕ ਦੀ ਤਰ੍ਹਾਂ ਗੇਮ ਹਾਂਜੀ ਉਹਦੇ ਵਿੱਚੋਂ ਇੱਕ ਤਰ੍ਹਾਂ ਨਿਕਲੀ ਵੀ ਗੇਮ ਲ ਹੂੰ ਤੇ ਹੁਣ ਫਿਰ ਸਾਰਾ ਪਰਿਵਾਰ ਮਾਤਾ ਪਿਤਾ ਖਾਸ ਕਰਕੇ ਤੁਹਾਡੀਆਂ ਭੈਣਾਂ ਨਾਲ ਤੁਹਾਡਾ ਕਾਫੀ ਮੋਹ ਆ ਮੈਂ ਦੇਖਿਆ ਟੈਟੂ ਵੀ ਬਣੇ ਹੋਏ ਆ ਹਨਾ ਵੀ ਖੁਸ਼ ਨੇ ਸਾਰੇ ਹਾਂਜੀ ਹਾਂ ਹੁਣ ਬਹੁਤ ਖੌਸਾ ਜੀ ਮਤਲਬ ਕਿ ਇਹ ਚੀਜ਼ ਮਤਲਬ ਕਿ ਆਪਾਂ ਕਦੇ ਸੋਚੀ ਵੀ ਨਹੀਂ ਹੁੰਦੀ ਵੀ ਇੰਨਾ ਹਨਾ ਤਰੱਕੀ ਤੇ ਆਪ ਨੂੰ ਰੱਬ ਇੰਨਾ ਦੇ ਦੂਗਾ ਬਟ ਜੀ ਰੱਬ ਦੇ ਹੀ ਜਾਂਦਾ ਬਸ ਹਾਂ ਇੱਕ ਜਿਹੜੀ ਲਾਈਨ ਵਾਲ ਨੂੰ ਤੁਸੀਂ ਵੱਧ ਰਹੇ ਹੋ ਤੁਸੀਂ ਕਿਹਾ ਵੀ ਹਾਲਾਂਕਿ ਮੈਂ ਮੋਟੀਵੇਸ਼ਨਲ ਗਾਣੇ ਕਰਦਾ ਜਾਂ ਫਿਲਮਾਂ ਬਾਰੇ ਮੈਂ ਸੋਚਿਆ ਨਹੀਂ ਆਫਰ ਆਉਂਦੇ ਆ ਤੁਹਾਨੂੰ ਹਾਂਜੀ ਹਾਂਜੀ ਬਹੁਤ ਲੋਕ ਜਿਹੜੇ ਦਸਤਾਰਾਂ ਵਾਲੇ ਆ ਹੂੰ ਥੱਲੋਂ ਉੱਠ ਕੇ ਉੱਪਰ ਤ ਦਸਤਾਰ ਦਾ ਉਹਨਾਂ ਨੇ ਜਾਂ ਪੰਜਾਬ ਦਾ ਨਾਮ ਚਮਕਾਇਆ ਪਰ ਕਈ ਵਾਰ ਉਹਨਾਂ ਦੀ ਜਿਹੜੀ ਫੋਟੋ ਮਾ ਟੋਪੀ ਚ ਆ ਜਾਂਦੀਆਂ ਜਾਂ ਹੋਰ ਆ ਜਾਂਦੀਆਂ ਫਿਰ ਤੁਸੀਂ ਤਾਂ ਨਹੀਂ ਇਦਾਂ ਦਾ ਕਰੋਗੇ ਕਿ ਆਫਰ ਹੀ ਏਡਾ ਵੱਡਾ ਆ ਰੇ ਵੀ ਤੁਹਾਨੂੰ ਕਹਿਣ ਵੀ ਇਹ ਤਿਆਗਣ ਲਈ ਫਿਰ ਤਾਂ ਨਹੀਂ ਕਰੋਗੇ ਨਹੀਂ ਜੀ ਉਹ ਚੀਜ਼ ਮਤਲਬ ਕਿ ਮੈਂ ਕਰਨੀ ਤਾਂ ਨਹੀਂ ਚਾਹਾਂਗਾ ਮਤਲਬ ਕਿ ਮੈਂ ਕਦੇ ਸੋਚਿਆ ਵੀ ਨਹੀਂ ਹੈਗਾ ਵੀ ਉਹ ਚੀਜ਼ ਆਪਾਂ ਕਰਾਂਗੇ ਬਟ ਮੇਰੇ ਹਿਸਾਬ ਨਾਲ ਲੱਗਦਾ ਵੀ ਨਹੀਂ ਕਰਾਂਗੇ ਨਹੀਂ ਉਹ ਚੀਜ਼ ਹਾਂ ਨਹੀਂ ਕਿਉਂਕਿ ਆਪ ਨੂੰ ਪਤਾ ਹੀ ਆ ਗਈ ਵੀ ਆਪਣੇ ਮਤਲਬ ਕਿ ਲੋਕ ਲੋਕਾਂ ਕਰਕੇ ਆਪ ਸੱਡੋ ਵੀ ਆਪ ਦੇ ਕਰਕੇ ਆਪਣੀ ਜਮੀਰ ਜੂ ਵੀ ਉਹ ਚੀਜ਼ ਵਧੀਆ ਲੱਗਦੀ ਹਾਂ ਤੇ ਸਿੱਖੀ ਬਾਰੇ ਵੀ ਪੜਦੇ ਹਾਂ ਕੁਝ ਨਹੀਂ ਵੈਸੇ ਪੜਦੇ ਤਾਂ ਹੈ ਨਹੀਂ ਕਿ ਮਤਲਬ ਕਿ ਵੈਸੇ ਵੈਸੇ ਰੱਬ ਨਾਲ ਜੁੜੇ ਹੋਏ ਪਾਠ ਕਰਦੇ ਹੁੰਦੇ ਆ ਕਿ ਸਵੇਰੇ ਨੂੰ ਜਿੰਮ ਜਾਣ ਤੋਂ ਪਹਿਲਾਂ ਅੱਜ ਮੈਂ ਤੁਸੀਂ ਸਵੇਰੇ ਵੀ ਕਿਹਾ ਵੀ ਮੈਂ ਅੱਜ ਸੇਵਾ ਕਰਨ ਗਿਆ ਹਾਂ ਹਾਂਜੀ ਹਾਂ ਸਵੇਰੇ ਉੱਠਣ ਸਾਰ ਪਹਿਲਾਂ ਜੀ ਗੁਰਦੁਆਰਾ ਸਾਹਿਬ ਜਾਈ ਦਾ ਪਾਠ ਕਰ ਲਈਦਾ ਉਦੋਂ ਬਾਅਦ ਚ ਗੋਸਲਾ ਸੇਵਾ ਕਰਕੇ ਆ ਕੇ ਜਿੰਮ ਜੀ ਉਦੋਂ ਬਾਅਦ ਦਿਨੇ ਰੈਸਟ ਕਰ ਲਈਦੀ ਆ 3-4 ਵਜੇ ਵੀਡੀਓ ਸ਼ੂਟ ਕਰ ਲਈਦੀਆਂ ਰਾਤ ਨੂੰ ਫ ਹੁਣ ਜਿਹੜੇ ਨੌਜਵਾਨ ਤੁਹਾਡੇ ਕੋਲੇ ਆਉਂਦੇ ਹੋਣਗੇ ਜਾਂ ਮੈਨੂੰ ਨਹੀਂ ਪਤਾ ਤੁਸੀਂ ਤੁਸੀਂ ਟ੍ਰੇਨਿੰਗ ਦਿੰਦੇ ਨੇ ਨਹੀਂ ਟ੍ਰੇਨਿੰਗ ਨਹੀਂ ਦਿੰਦੇ ਹੈਗੇ ਤੇ ਜਿਹੜੇ ਵੈਸੇ ਨੌਜਵਾਨ ਆਉਂਦੇ ਜਾਂ ਖਾਸ ਕਰਕੇ ਜਿਹੜੇ ਡਰੱਗ ਐਡਿਕਟ ਆ ਜਾਂ ਬਾਹਰ ਹੋਣਾ ਚਾਹੁੰਦੇ ਫੋਨ ਆਉਂਦੇ ਉਹਨਾਂ ਦੀ ਗੱਲਬਾਤ ਹੁੰਦੀ ਹੈ ਹਾਂਜੀ ਹਾਂ ਬਹੁਤ ਹੁੰਦੀ ਹੈ ਜੀ ਮਤਲਬ ਕਿ ਮਤਲਬ ਕੁੜੀਆਂ ਜਾਂ ਉਹਨਾਂ ਦੇ ਵੀ ਹਸਬੈਂਡ ਹੁੰਦੇ ਨੇ ਵੀ ਹਾਂ ਵੀ ਸਾਡਾ ਹਸਬੈਂਡ ਵੀ ਐਂ ਕਰਦਾ ਵੀ ਤੈਨਾਂ ਨਾਲ ਗੱਲ ਕਰਨਾ ਚਾਹੁੰਣਾ ਜਵਾਕ ਹੋ ਗਏ ਬਾਹਰ ਕੁੜੀਆਂ ਹੋ ਗਈਆਂ ਜਾਂ ਕੋਈ ਵੀ ਨਾ ਮਤਲਬ ਕਿ ਉਹ ਬਹੁਤ ਜ਼ਿਆਦਾ ਮਿਲਦੇ ਨੇ ਜਿਵੇਂ ਮੈਂ ਕਈ ਵਾਰ ਬਾਹਰ ਅੰਦਰ ਜਾਣਾਗਾ ਅਗਲਾ ਮਤਲਬ ਗੱਡੀ ਦੇਖ ਕੇ ਮਤਲਬ ਕਿ ਮੇਰੇ ਪਿੱਛੇ ਸਟicker ਲੱਗਿਆ I love calisthenics ਉਹ ਰੋਗ ਲੈਣ ਦਾ ਅਗਲਾ ਕਹਿੰਦਾ ਬਾਈ ਯਾਰ ਇਸ ਤਾਂ ਵੀ ਜੰਮ ਜੰਮ ਲਾਉਣਾ ਹਟ ਗਈ ਬਾਈ ਤੈਨੂੰ ਦੇਖ ਕੇ ਫੇਰ ਜੰਮ ਸ਼ੁਰੂ ਕਰਤੀ ਉਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਸੋਨ ਨੂੰ ਮਿਲਦੀਆਂ ਨੇ ਹੂੰ ਵੀ ਹਾਂ ਬਾਈ ਤੈਨੂੰ ਦੇਖ ਕੇ ਐਂ ਕਰਨ ਲੱਗ ਗਏ ਇਸ ਤਾਂ ਹਟ ਗਏ ਸੀ ਯ ਪੀਪਰ ਆਪ ਨੂੰ ਇੱਕ ਵਾਰੀ ਚੀਜ਼ ਮੈਨੂੰ ਅਗਲਾ ਸੋਨ ਨੂੰ ਮਿਲਦੀ ਆ ਵੀ ਬਹੁਤ ਲੋਕ ਕਹਿੰਦੇ ਵੀ ਬਾਈ ਤੁਹਾਨੂੰ ਮੋਟੀਵੇਟ ਹੋਏ ਆ ਯਾਰ ਅਸੀਂ ਅਸਲ ਦੇ ਵਿੱਚ ਜੀ ਤੇ ਤੁਸੀਂ ਕੋਈ ਸਪੈਸ਼ਲ ਇਨਸਟਰਕਸ਼ਨਸ ਵਗੈਰਾ ਜਾਂ ਗਾਈਡ ਵੀ ਕਰਦੇ ਹੋ ਲੋਕਾਂ ਨੂੰ ਵੀ ਆ ਚੀਜ਼ ਐ ਕਰਨੀ ਚਾਹੀਦੀ ਡਾਈਟ ਪਲਾਨ ਵਗੈਰਾ ਦਿੰਦੇ ਹੋ ਕਿ ਨਹੀਂ ਹਾਂਜੀ ਡਾਈਟ ਤੇ ਵਰਕਆਊਟ ਪਲਾਨ ਦਿੰਦੇ ਆ ਜੀ ਪੇਡ ਮਤਲਬ ਕਿ ਉਦੋਂ ਤੁਸੀਂ اچھا ਤੁਸੀਂ ਪੇਡ ਕਰ ਰਹੇ ਹੋ ਹਾਂਜੀ ਉਹ ਤੁਸੀਂ ਐਜ਼ ਅ ਪ੍ਰੋਫੈਸ਼ਨ ਉਹ ਕਰਦੇ ਹੋ ਹਾਂਜੀ ਹਾਂ ਉਹ ਚੀਜ਼ ਨਾਲਗਾ ਮਤਲਬ ਕਿ ਐ ਵੀ ਪਹਿਲਾਂ ਮਤਲਬ ਕਿ ਮੈਂ ਫ੍ਰੀ ਚ ਦਿੰਦਾ ਰਿਹਾ ਜੀ ਡਾਈਟ ਤੇ ਵਰਕਆਊਟ ਪਲਾਨ ਮਤਲਬ ਕਿ ਇੱਕ ਸਾਲ ਤੱਕ ਲਗਾਤਾਰੀ ਉਸ ਤੋਂ ਬਾਅਦ ਚ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਮਤਲਬ ਕਿ ਪੇਡ ਆਗਾ ਤੇ ਮੈਨੂੰ ਜਦੋਂ ਮੈਂ ਲੋਕਾਂ ਨੂੰ ਪੁੱਛਿਆ ਮਤਲਬ ਕਿ ਜਿਹਨੂੰ ਮੈਂ ਪਲਾਨ ਦਿੰਦਾ ਸੀ ਦਾ ਫਰਕ ਪੈਂਦਾ ਵੀ ਪਹਿਲਾ ਸਿਰ ਉਹ ਬੰਦੇ ਤੋਂ ਪਲਾਨ ਲੈਂਦਾ ਇੰਨੇ ਰੁਪਈਆ ਦਾ ਵੀ ਤੂੰ ਸਾਨੂੰ ਫ੍ਰੀ ਦਿੱਤਾ ਕਿ ਵੀ ਸਾਨੂੰ ਚੀਜ਼ ਦਾ ਫਰਕ ਪਿਆ ਉਹ ਚੀਜ਼ ਮੈਂ ਕਿਹਾ ਵੀ ਮੇਰੇ ਮੈਨੂੰ ਕੋਈ ਬੰਦੇ ਨੇ ਦੱਸਿਆ ਵੀ ਇਹ ਚੀਜ਼ ਪੀੜ ਵੀ ਹੁੰਦੀ ਆਗੀ ਜੀ ਆਪਾਂ ਇਹਨੂੰ ਉਹ ਕਰਨਾ ਚਾਹੀਏ ਵੀ ਤੂੰ ਵੀ ਆਪ ਦਾ ਜਿਹੜਾ ਮਤਲਬ ਕਿ ਇੱਕ ਤੂੰ ਇੰਨੀ ਮਿਹਨਤ ਕੀਤੀ ਆ ਵੀ ਤੂੰ ਕਿਤੇ ਨੂੰ ਕੋਸਤਾ ਕਰਨਾ ਚਾਹੀਦਾ ਇਹਦੇ ਲਈ ਵੀ ਹੁਣ ਤੂੰ ਕਿਹੜਾ ਵੀ ਆਈਆਂ ਵੀ ਮਿਹਨਤੀ ਕਰੀ ਜਾਵੇਂਗਾ ساری ਜਿੰਦਗੀ ਮੈਂ ਵੀ ਗੱਲ ਸਹੀ ਆ ਫਿਰ ਮੈਂ ਹੌਲੀ ਹੌਲੀ ਉਹ ਚੀਜ਼ ਦਾ ਮਤਲਬ ਕਿ ਇੱਕ ਰੇਟ ਰੱਖਦਾ ਸਮਝ ਲੈ 500 ਤੋਂ ਸਟਾਰਟ ਕਰਤੀ ਮੈਂ ਡਾਈਟ ਤੇ ਵਰਕਆਊਟ ਪਲਾਨ ਫਿਰ ਥੋੜੇ ਪਰ ਹੌਲੀ ਹੌਲੀ ਮਤਲਬ ਕਿ 10000 ਤੇ ਪ੍ਰਾਈਸ ਤੇ ਆ ਗਿਆ ਹੁਣ ਵੀ ਮਤਲਬ ਕਿ ਡਾਈਟ ਤੇ ਵਰਕਆਊਟ ਪਲਾਨ ਚੱਲੀ ਜਾਂਦੇ ਆ ਕਿ ਬਾਹਰ ਨਾਲ ਕੰਟਰੀ ਵਾਲੇ ਜ਼ਿਆਦਾ ਲੈਂਦੇ ਆਗੇ ਮੇਥੋਂ ਹੁਣ ਜਿੰਨੇ ਇਹ ਇੰਟਰਵਿਊ ਦੇਖ ਕੇ ਤੁਹਾਨੂੰ ਫੋਨ ਲਾਉਣਗੇ ਹੁਣ ਵਧਾਤਾ ਨਹੀਂ ਦਵੋਗੇ ਇੰਨੇ ਹੋਰ ਇੱਕੋ ਹੀ ਚੱਲੂਗਾ ਮਤਲਬ ਕਿ ਉਹ ਚੀਜ਼ ਤਾਂ ਐ ਹੁੰਦਾ ਜੀ ਮਤਲਬ ਕਿ ਫਰਕ ਪੈਂਦੀ ਆ ਬਾਕੀ ਐ ਹੁੰਦਾ ਵੀ ਚਲੋ ਆਪਦੀ ਗੱਲ ਤੇ ਯਾ ਉਹ ਚੀਜ਼ ਜੋ ਰੋਟੀ ਦਾ ਸਾਧਨ ਹੁੰਦਾ ਇਹ ਵੀ ਹੋਣਾ ਚਾਹੀਦਾ ਤੁਸੀਂ ਆਹਦੇ ਪੈਰਾਂ ਤੇ ਖੜੇ ਹੋਏ ਹੋਏ ਹਾਂਜੀ ਹਾਂਜੀ ਹਾਂ ਜੀ ਹੋਰ ਕੁਝ ਭਵਿੱਖ ਦੇ ਵਿੱਚ ਹੋਰ ਕੁਝ ਤੁਸੀਂ ਸੋਚਿਆ ਹੋਵੇ ਵੀ ਇੱਥੋਂ ਆਹ ਚੀਜ਼ ਮੈਂ ਜ਼ਰੂਰ ਕਰਨੀ ਆ ਜਾਂ ਆਹ ਚੀਜ਼ ਜਿਵੇਂ ਤੁਸੀਂ ਆਪ ਗੇਮ ਨੂੰ ਲੈ ਕੇ ਕਿਹਾ ਵੀ ਉਹ ਡ੍ਰੀਮ ਆ ਤੁਹਾਡਾ ਜਾਂ ਹੋਰ ਚੀਜ਼ ਹਾਂ ਉਹ ਚੀਜ਼ਾਂ ਮਤਲਬ ਕਿ ਇੱਕ ਜੀ ਮੈਨੂੰ ਮਤਲਬ ਕਿ ਦਾਨ ਕਰਨ ਦਾ ਉਹ ਚੀਜ਼ ਦਾ ਬੜਾ ਸੌਂਗ ਆਗਾ ਮੈਂ ਮਤਲਬ ਕਿ ਦਾਣ ਜਿਆ ਕਰਨਾ ਮੈਨੂੰ ਵਧੀਆ ਲੱਗਦਾ ਹੈਗਾ ਜਿਵੇਂ ਕਿ ਰੁੱਖ ਲਗਾਉਣ ਦਾ ਮੈਂ ਰੱਖ ਪਿਸੇ ਚੀਜੀ ਚਲਾਈ ਸੀ ਮਹਾ ਵੀ ਜਿਹੜਾ ਵੀ ਬੰਦਾ ਆਪਣੇ ਹੈ ਨਾ ਵੀ ਉਹ ਕਰੂਗਾ ਵੀ ਰੁੱਖ ਲਾਊਗਾ ਹੈ ਨਾ ਵੀ ਪੰਜ ਰੁੱਖ ਲਗਾ ਕੇ ਮੈਨੂੰ ਵੀਡੀਓ ਭੇਜੂਗਾ ਵੀ ਉਹਦੀ ਆਪਾਂ ਸਟੋਰੀਆਂ ਲਾਵਾਂਗੇ ਸਾਰੇ ਬੰਦੇ ਦੀਆਂ ਤੇ ਉਹ ਮੈਂ ਲਾਇਆ ਸੀਗਾ ਉਹਦੇ ਵਿੱਚ ਬਹੁਲੇ ਬਈ ਲੋਕਾਂ ਨੇ ਮਤਲਬ ਕਿ 400 ਕੇ ਮਤਲਬ ਕਿ ਉਹਦਾ ਵੀਡੀਓ ਨੂੰ ਲਾਈਕ ਆਇਆ ਹੈ ਤੇ ਬਹੁਤ ਮਿਲੀਅਨ ਤੇ ਵੀਡੀਓ ਕਈ ਤੁਮਹਤੋਂ ਲੋਕਾਂ ਨੇ ਬਹੁਲੇ ਜਾਣੇ ਨੇ ਸਟੋਰੀਆਂ ਲਾ ਲਾ ਮੈਨੂੰ ਭੇਜੀਆਂ ਵੀ ਹਾਂ ਬਈ ਰੁੱਕ ਉਦੋਂ ਮੈਨੂੰ ਵੀ ਐ ਹੋਇਆ ਵੀ ਰ ਕਰਿਆ ਕਰਾਂਗੇ ਉਦੋਂ ਲੋਕ ਰੁਪਏ ਵੀ ਭੇਜਣ ਲੱਗੇ ਉਹਦੇ ਵਿੱਚ ਵੀ ਮੈਨੂੰ ਬਹੁਤ ਬੰਦਾਂ ਨੇ ਰੁਪਏ ਭੇਜੇ ਵੀ ਲਾਈ ਤੇ ਉਹ ਚੀਜ਼ ਦਾ ਮੈਨੂੰ ਅੱਗੇ ਜਾ ਕੇ ਐ ਹੁੰਦਾ ਵੀ ਹਾਂ ਵੀ ਰੁੱਖਾਂ ਦਾ ਵੀ ਆਪ ਮੈਂ ਇਹ ਚ ਕੰਟੀਨਿਊ ਰੱਖੂੰਗਾ ਨਾਲ ਦੇ ਨਾਲ ਵੀ ਕਰੀ ਜਾਊਂਗਾ ਜਿਹੜਾ ਤੁਸੀਂ ਹੁਣ ਗੱਲ ਕੀਤੀ ਐ ਇਸ ਨੂੰ ਲੈ ਕੇ ਹਾਲਾਂਕਿ ਜੇ ਮੈਨੂੰ ਨਹੀਂ ਪਤਾ ਤੁਸੀਂ ਪਹਿਲਾਂ ਵਾਲੇ ਚਾਰ ਸਾਲ ਪਹਿਲਾਂ ਕਿਵੇਂ ਸੀ ਕੀ ਕਰਦੇ ਸੀ ਜਿਹੜੇ ਪੈਸੇ ਭੇਜਣ ਵਾਲੀ ਗੱਲ ਆ ਜਾਂਦੀ ਹੈ ਇਸ ਨੂੰ ਲੈ ਕੇ ਬਹੁਤ ਸਾਰੀਆਂ ਕੰਟਰੋਵਰਸੀਆਂ ਖੜੀਆਂ ਹੋਈਆਂ ਨੇ ਬਹੁਤ ਵਾਦ-ਵਿਵਾਦ ਬੰਦੇ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਕਿ ਜਦੋਂ ਪੈਸਾ ਆਉਂਦਾਗਾ ਤਾਂ ਉਸ ਚੀਜ਼ ਨੂੰ ਲੈ ਕੇ ਤੁਸੀਂ ਪਲਾਨਡੋਂ ਜਾਂ ਕੋਈ ਹਿਸਾਬ ਕਿਤਾਬ ਰੱਖਿਆਗਾ ਵੀ ਹਾਂ ਆਗਾ ਕਿਉਂਕਿ ਜੇ ਇਹਨੂੰ ਲੈ ਕੇ ਕੰਟਰੋਵਰਸੀ ਬਣਦੀ ਫਿਰ ਨਾਮ ਬਹੁਤ ਖਰਾਬ ਹੁੰਦਾ ਹਾਂਜੀ ਹਾਂ ਇਹਦਾ ਮਤਲਬ ਕਿ ਐ ਸੀਗਾ ਜੀ ਬਸਤ ਅਜ ਤੱਕ ਤਾਂ ਮੇਰੇ ਕੋਈ ਐਸੀ ਚੀਜ਼ ਹੋਈ ਨਹੀਂ ਹੈਗੀ ਜਿਸ ਦੇ ਵਿੱਚ ਆਪਾਂ ਕਿਸੇ ਨੂੰ ਰੁਪਏ ਭੇਜੇ ਹੁਣ ਵੀ ਬਾਈ ਤੇਰੀ ਹੈਲਪ ਕਰਦੇ ਆ ਕਦੇ ਵੀ ਨਹੀਂ ਹੋਇਆ ਮਤਲਬ ਕਿ ਜਦੋਂ ਮੈਂ ਆ ਚੀਜ਼ ਪਲਾਨ ਸ਼ੁਰੂ ਕੀਤਾ ਸੀਗਾ ਵੀ ਰੁੱਖਾ ਵਾਲਾ ਉਦੋਂ ਮੈਨੂੰ ਥੋੜੇ ਬੰਦੇ ਦੇ ਫੋਨ ਆਏ ਤੇ ਕਹਿੰਦੇ ਬਾਈ ਕਿਵੇਂ ਵਧੀਆ ਤੇ ਕਹਿੰਦੇ ਬਾਈ ਵੀ ਅਸੀਂ ਯੋਗਦਾਨ ਪਾਉਣਾਗਾ ਮੈਂ ਕਿਹਾ ਵੀ ਵੀਰੇ ਵੀ ਆਪਾਂ ਨੂੰ ਤਾਂ ਵੀ ਇਹ ਚੀਜ਼ ਦਾ ਵੀ ਮੈਂ ਨਾ ਕਦੇ ਸੋਚਿਆਗਾ ਵੀ ਤੁਸੀਂ ਰੁਪ ਹਾਗਾ ਵੀ ਇਹ ਜ਼ਰੂਰ ਕਰਦਾ ਵੀ ਤੁਸੀਂ ਮੈਨੂੰ ਰੁਪਏ ਭੇਜ ਦਿਓ ਵੀ ਉਹ ਚੀਜ਼ ਦਾ ਮੈਂ ਔਰ ਵੀ ਬੂਟੇ ਲੈ ਕੇ ਆਪਾਂ ਸਕੂਲਾਂ 'ਚ ਵੰਡ ਦਿਆ ਕਰੂੰਗਾ ਵੀ ਹੁਣ ਆ ਵੀ ਆਪਣੇ ਵੀ ਲਵੇ ਤਾਂ ਵੀ ਵੀ ਜਗਾ ਨਹੀਂ ਹੁੰਦੀ ਹਨਾ ਵੀ ਮੈਂ ਸਕੂਲਾਂ 'ਚ ਵੰਡ ਦਿਆ ਕਰੂੰਗਾ ਤੇ ਉਦੋਂ ਮੈਨੂੰ ਮਤਲਬ ਕਿ ਜ਼ਿਆਦਾ ਨਹੀਂ ਆਪਾਂ ਕਹੇ ਹੱਦ ਵੀ 4-5 ਬੰਦਿਆਂ ਨੇ ਉਦੋਂ ਮੈਨੂੰ ਰੁਪਏ ਭੇਜੇ ਤੇ ਉਹਨਾਂ ਦੇ ਆਪਾਂ ਰੁਪਏ ਮਤਲਬ ਕਿ ਹਲਾ ਕਰਕੇ ਬੂਟੇ ਆਪਾਂ ਸਕੂਲਾਂ 'ਚ ਲਾਉਂਦੇ ਸੀਗੇ ਬੰਦੇ ਨੇ ਸੀਗੇ ਤੁਸੀਂ ਉਹਨਾਂ ਨੂੰ ਦੱਸਿਆ ਵੀ ਅੱਗੇ ਪਰ ਮੈਂ ਚੀਜ਼ ਕਦੇ ਸੋਚਿਆ ਨਹੀਂ ਹੈਗਾ ਮੈਨੂੰ ਲੋਟ ਰੁਪਏ ਭੇਜਣੇ ਇਹ ਚੀਜ਼ ਹੈ ਨਹੀਂ ਜੀ ਪਲਾਨ ਵਿੱਚ ਇਹ ਹੈ ਨਹੀਂ ਤੇ ਖਾਸ ਕਰਕੇ ਜਿਵੇਂ ਤੁਸੀਂ ਗੱਲ ਕਹੀ ਵੀ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਤੁਸੀਂ ਪਹਿਲਾਂ ਹੀ ਸਟਾਰਟਿੰਗ ਦੀ ਦੇ ਵਿੱਚ ਤੁਸੀਂ ਨਸ਼ਾ ਵੀ ਛੱਡਿਆ ਹੁਣ ਚਲੋ ਦਸਤਾਰ ਵੀ ਬਨਣ ਲੱਗ ਗਈ ਦਾੜਾ ਵੀ ਪ੍ਰਕਾਸ਼ ਕਰਨਾਗਾ ਪਰ ਕੋਈ ਹੋਰ ਚੀਜ਼ ਜਿਹਨੇ ਪ੍ਰਭਾਵਿਤ ਕਰਿਆ ਹੋਵੇ ਜ਼ਿੰਦਗੀ ਦੇ ਬਹੁਤ ਜ਼ਿਆਦਾ ਅ ਹੋਰ ਚੀਜ਼ ਜੀ ਚੀਜ਼ਾਂ ਤਾਂ ਮੈਂ ਜੀ ਬਹੁਤ ਹੋਈਆਂ ਨੇ ਮਤਲਬ ਕਿ ਤੇ ਇੱਕ ਮਤਲਬ ਕਿ ਆਪਾਂ ਸਿੱਧੂ ਮੂਸੇਵਾਲ ਦੀ ਗੱਲ ਕਰਦੇ ਹਾਂ ਜੀ 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 ਹਾਂਜੀ ਤੇ ਉਹਦੇ ਵਿੱਚ ਜਦੋਂ ਮਤਲਬ ਕਿ ਉਹ ਕਾਂਗਰਸ ਉਹਨੇ ਜੁਆਇਨ ਕੀਤੀ ਸੀਗੀ ਉਹ ਬੰਦੇ ਨੇ ਜੀ ਉਹ ਮਤਲਬ ਕਿ ਇੱਕ ਤਰ੍ਹਾਂ ਇਹ ਨਾ ਸਾਰੀ ਦੁਨੀਆ ਉਹਦੇ ਖਿਲਾਫ ਹੋ ਗਈ ਸੀਗੀ ਮਤਲਬ ਕਿ ਉਹਨੂੰ ਉਹ ਕਰਨਾ ਹਟ ਲੱਗ ਗਈ ਸੀਗੀ ਵੀ ਉੱਥੇ ਬੰਦਾ ਇਕੱਲਾ ਰਹੇਗਾ ਮਤਲਬ ਕਿ ਸਾਰੇ ਆਪ ਨੂੰ ਪਤਾ ਹੀ ਆ ਕਿ ਲੋਕ ਕਿੰਨਾ ਲੱਗਣ ਲੱਗੇ ਸੀ ਉਤੇ ਉਦੋਂ ਉਹ ਉਦੋਂ ਬਾਅਦ ਉਹਨੇ ਗਾਣਾ ਕੱਢਿਆ ਸੀਗਾ ਵੀ ਜਿਹੜਾ ਮਤਲਬ ਕਹਿ ਸੀਗਾ ਸਕੋਰ ਗਾਟ ਐ ਇਦਾਂ ਨਾ ਸੀਗਾ ਉਹਦਾ ਹਨਾ ਗਾਣੇ ਦਾ ਜੀ ਉਹ ਗਾਣੇ ਤਾਂ ਮੈਨੂੰ ਐ ਹੋਇਆ ਵੀ ਮਹਾ ਵੀਰ ਸਾਰੀ ਦੁਨੀਆ ਵੀ ਬੰਦੇ ਦੇ ਖਿਲਾਫ ਹੋ ਗਈ ਵੀ ਬੰਦੇ ਨੇ ਹਾਰ ਨਹੀਂ ਮੰਨੀ ਉਦੋਂ ਬਾਅਦ ਮਤਲਬ ਕਿ ਉਹ ਗੱਲ ਤਾਂ ਮੈਂ ਕਿ ਜਿਵੇਂ ਅਮੀਰ ਖਾਨ ਕਹਿੰਦਾ ਹੁੰਦਾ ਵੀ ਜਦੋਂ ਬੰਦਾ ਆਪਣੇ ਆਪ ਤੋਂ ਨਾ ਹਾਰ ਜਿਵੇਂ ਨਾ ਟਾਈਮ ਹਾਰ ਨਹੀਂ ਮੰਨਣੀ ਚਾਹੀਦੀ ਉਹ ਗੱਲ ਹੀ ਮੈਨੂੰ ਹਮੇਸ਼ਾ ਮੋਟੀਵੇਟ ਕਰਦੀ ਰਹਿੰਦੀ ਆ ਵੀ ਹੁਣ ਵੀ ਜਦੋਂ ਕੋਈ ਵੀ ਮੈਨੂੰ ਪ੍ਰੋਬਲਮ ਆਉਂਦੀ ਜਾਂ ਕੁਛ ਮੈਨੂੰ ਆਲਾ ਦੇ ਮੈਂ ਥੋੜਾ ਜਿਹਾ ਵੀ ਵੀਕ ਹੋ ਗਿਆ ਕੁਛ ਵੀ ਹੋਦਾ ਮੈਂ ਉਦੋਂ ਮਮਾਂ ਚੋਦੀ ਕਹਿੰਦਾ ਵੀ ਨਹੀਂ ਯਾਰ ਜਿੰਨਾ ਟਾਈਮ ਤੂੰ ਨਹੀਂ ਹਾਰ ਮੰਨਦਾ ਵੀ ਉਹਨਾਂ ਟਾਈਮ ਤੂੰ ਹਾਰ ਨਹੀਂ ਸਕਦਾ ਹੈਗਾ ਵੀ ਬਸ ਚੱਲੀ ਚੱਲ ਚੱਲੀ ਜਨ ਹੂੰ ਇਦਾਂ ਗੱਲਾਂ ਹੁੰਦੀਆਂ ਜੀ ਕੋਈ ਇਹੋ ਜੀ ਜ਼ਿੰਦਗੀ ਦਾ ਰਾਜ਼ ਜਾਂ ਕੋਈ ਇਹੋ ਜੀ ਗੱਲ ਜਿਹੜੀ ਹੋਰ ਕਿਸੇ ਮਲਾਕਤ ਨਾਲ ਦੱਸੀ ਹੋਵੇ ਵੈਸੀ ਵੀ ਦੱਸਣ ਵਾਲੇ ਹੋ ਜੀ ਵੀ ਅਸੀਂ ਇੰਟਰਵਿਊ ਉਹ ਬੰਦੇ ਦੀ ਲੈ ਕੇ ਆਏ ਸੀ ਹਾਲਾਂਕਿ ਇੰਟਰਵਿਊ ਇੰਨੀਆਂ ਹੋਣਾਂਗੀਆਂ ਵੀ ਆ ਕੁਝ ਵੱਖਰਾ ਵੀ ਹੈਗਾਗਾ ਹਾਂਜੀ ਹਾਂ ਚਲੋ ਦਸਤਾਰ ਵਾਲੀ ਗੱਲ ਦੱਸੀ ਆ ਅਸੀਂ ਵੀ ਬਹੁਤ ਇਸ ਗੱਲ ਨੂੰ ਹਾਂਜੀ ਹਾਂ ਕਿਉਂਕਿ ਸਾਰੇ ਲੋਕ ਖਾਸ ਕਰਕੇ ਕਿਸਾਨੀ ਅੰਦੋਲਨ ਤੋਂ ਬਾਅਦ ਇਸ ਪਾਸੇ ਨੂੰ ਬਹੁਤ ਆਉਣ ਲੱਗੇ ਆ ਬਹੁਤ ਖੁਸ਼ੀ ਦੀ ਗੱਲ ਆ ਜੇ ਤੁਹਾਡੇ ਵਰਗਾ ਨੌਜਵਾਨ ਇਸ ਪਾਸੇ ਨੂੰ ਆ ਰਿਹਾ ਤੁਹਾਡੇ ਮਾਪਿਆਂ ਲਈ ਤੁਹਾਡੇ ਗ੍ਰਾਂ ਲਈ ਤੁਹਾਡੇ ਇਲਾਕੇ ਲਈ ਬਹੁਤ ਵੱਡੀ ਗੱਲ ਆ ਮੇਂ ਹੋਰ ਤਾਂ ਕੋਈ ਰਾਜ ਨਹੀਂ ਹੈਗਾ ਹੋਰ ਕੋਈ ਰਾਜ ਨਹੀਂ ਸਾਰੇ ਰਾਜ ਤੁਸੀਂ ਦੱਸੇ ਹੋਏ ਆ ਜੀ ਤੇ ਜਿਹੜੇ ਹੁਣ ਤੁਸੀਂ ਇੱਥੇ ਖੇਤ ਦੇ ਵਿੱਚ ਜਿਹੜੀ ਤੁਹਾਡੇ ਬਾਪੂ ਜੀ ਨੇ ਤੁਹਾਨੂੰ ਜਗਾ ਅਲੱਗ ਦਿੱਤੀ ਆ ਵੀ ਇੱਥੇ ਤੁਸੀਂ ਪ੍ਰੈਕਟਿਸ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਵੀ ਹਾਂ ਹਾਂਜੀ ਹਾਂ ਇਹ ਮਤਲਬ ਕਿ ਮਤਲਬ ਕਿ ਮੈਨੂੰ ਆਇਆ ਹੁੰਦਾ ਸੀਗਾ ਜੀ ਪਹਿਲਾਂ ਹੁਣ ਮੈਂ ਚਲੋ ਕਰੇ ਕਰਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਆਏ ਮੈਂ ਖੇਤਾਂ ਕਿਤੇ ਪ੍ਰੈਕਟਿਸ ਕਰਨ ਲੱਗ ਗਿਆ ਤੇ ਪ੍ਰੈਕਟਿਸ ਕਰਦਿਆਂ ਕੀਤਾ ਮੈਂ ਨਾ ਪ੍ਰੈਕਟਿਸ ਕਰਦੇਗਾ ਦੂਜੇ ਦਿਨ ਡੈਡੀ ਨੂੰ ਪਤਾ ਨਹੀਂ ਸੀਗਾ ਵੀ ਇੱਥੇ ਪ੍ਰੈਕਟਿਸ ਕਰਦਾ ਹਨਾ ਤੇ ਡੈਡੀ ਨੇ ਉਹ ਥਾਂ ਬਾਤ ਆ ਜੀ ਤੇ ਮੈਂ ਕਰਿਆ ਕਿ ਮੰਮੀ ਨੂੰ ਕਿਹਾ ਮੈਂ ਹਾਂ ਵੀ ਕੋਈ ਗੱਲ ਨਹੀਂ ਮੰਮੀ ਵੀ ਜੇ ਚੱਲ ਮੈਨੂੰ ਡੈਡੀ ਨੂੰ ਵੀ ਨਹੀਂ ਪਸੰਦ ਆਏਗਾ ਮਿਹਨਤ ਲਾਉਣਾਗਾ ਵੀ ਕੋਈ ਗੱਲ ਨਹੀਂ ਵੀ ਮੈਂ ਨਹੀਂ ਕਰਿਆ ਕਰਦਾ ਤੇ ਮਤਲਬ ਕਿ ਜਾਣ ਕੇ ਮੈਂ ਮਤਲਬ ਕਿਹ ਗੱਲ ਜੀ ਚ ਕਹਤਾ ਤੇ ਦੂਆ ਮੰਮੀ ਨੇ ਮਤਲਬ ਕਿ ਡੈਡੀ ਨੂੰ ਦੱਸਿਆ ਵੀ ਤੂੰ ਵੀ ਵੀ ਅਸ ਤੇਵਿੰਦਰ ਵੀ ਆਏ ਕਹਿੰਦਾ ਸੀ ਵੀ ਇਹ ਗੱਲ ਤੇ ਡੈਡੀ ਕਹਿੰਦਾ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਜਿਹਨੇ ਮਿਹਨਤ ਕਰਨੀ ਆ ਕਹਿੰਦਾ ਮੈਨੂੰ ਥਾਂ ਛੱਡ ਦੇ ਨਾ ਅੱਡ ਵੀ ਹੋਰ ਦੱਸੇ ਵੀ ਜਿਹਨੂੰ ਚਾਹੀਦੀ ਆ ਮੈਂ ਕਿਹਾ ਵੀ ਹਾਂ ਠੀਕ ਆ ਮੈਂ ਵੀ ਥਾਂ ਛੱਡ ਦੇ ਡੈਡੀ ਤੇ ਡੈਡੀ ਨੇ ਹੋਇ ਕਿ ਡਾਡੀ ਨੇ ਆਏ ਬਾਗਲਾ ਮਾਰਤਾ ਕ ਕਾ ਜਿੰਨਾ ਟਾਈਮ ਤੂੰ ਕਹਿਆ ਕਹਿੰਦਾ ਕੋਈ ਸੌਨ ਇੱਥੇ ਲਾਉਣਾ ਨਾ ਕਸਮ ਹਵਾ ਠੀਕ ਉਦੋਂ ਮੁੜ ਕੇ ਬਾਜੀ 3 ਸਾਲ ਹੋ ਗਿਆ ਗਰਾਊਂਡ ਹੋਵੇ ਦੋਵੇਂ ਆ ਅੱਛਾ ਗਰਾਊਂਡ ਬਣਾ ਲਿਆ ਹੁਣ ਤੱਕ ਵਧੀਆ ਹਾਂ ਤੇ ਨੌਜਵਾਨ ਹੋਰ ਵੀ ਆਉਂਦੇ ਥੋੜੇ ਕੋਲੇ ਕਿ ਮਿੱਤਰੀ ਆਉਂਦੇ ਨਹੀਂ ਜੀ ਮਿੱਤਰੀ ਆਉਂਦੇ ਆ ਕਿ ਮਤਲਬ ਕਿ ਨਾਲ ਦੋ ਮੁੰਡੇ ਆ ਗਏ ਜੀ ਆਪਣੇ ਭਾਈ ਹੋਈ ਜਾਗੇ ਤੇ ਉਹ ਮਤਲਬ ਕਿ ਵਰਕਆਊਟ ਜਾਂ ਜਿਮ ਮੇਰੇ ਨਾਲ ਲਾਉਣ ਲੱਗ ਗਏ ਹੁਣ ਥੋੜੇ ਟਾਈਮ ਤੋਂ ਵੈਸੇ ਨਹੀਂ ਜੀ ਵੈਸੇ ਮੈਂ ਟ੍ਰੇਨਿੰਗ ਦੇਣ ਲੱਗ ਗਿਆ ਸੀਗਾ ਮਤਲਬ ਕਿ ਅੱਤੋਂ ਸਾਲ ਕੁ ਪਹਿਲਾਂ ਤੇ ਉਹ ਟ੍ਰੇਨਿੰਗ ਦਿੰਦੇ ਦਿੰਦੇ ਫਿਰ ਮੈਂ ਕੀ ਹੋ ਲੱਗ ਗਈ ਮੈਂ ਕਿਹਾ ਵੀ ਜਿਹੜਾ ਮੇਰਾ ਵੀ ਇੱਕ ਆਪ ਦਾ ਜਿਹੜਾ ਮੈਂ ਹਜੇ ਬੋਡੀ ਨੂੰ ਹਜੇ ਬੈਸਟ ਹੋਰ ਕਰ ਰਿਆਗਾ ਬਿਊਟੀ ਚ ਮੈਂ ਚੀਜ਼ ਚਾਹਣਾ ਵੀ ਉਹ ਜੇ ਮੈਨੂੰ ਮਿਲੀ ਨਹੀਂ ਹੈਗੀ ਤਾਂ ਕਰਕੇ ਮੈਂ ਹਾਂ ਵੀ ਨਹੀਂ ਵੀ ਇਹ ਚੀਜ਼ ਵੀ ਮੈਂ ਆਪਦੀ ਗਾਂਹਾਂ ਜ਼ਿੰਦਗੀ ਚ ਕੋਈ ਜਿੰਮ ਖੋਲ ਲੂੰਗਾ ਟ੍ਰੇਨਿੰਗ ਸੈਂਟਰ ਖੋਲ ਲੂੰਗਾ ਵੀ ਮੈਂ ਕਰ ਸਕਦਾ ਵੀ ਪਰ ਹਜੇ ਮੈਨੂੰ ਆਪ ਦੇ ਉੱਪਰ ਹੀ ਜ਼ੋਰ ਦੇਣਾ ਚਾਹੀਦਾ ਕਦੇ ਕੋਈ ਜਿਵੇਂ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਖਾਸ ਕਰਕੇ ਇੰਸਟਾਗ੍ਰਾਮ ਵਗੈਰਾ ਤੇ ਕਦੇ ਕੋਈ ਕੰਟਰੋਵਰਸੀ ਹੋਈ ਆ ਕਿ ਨਹੀਂ ਕੰਟਰੋਵਰਸ ਹਾਂਜੀ ਹੋਈ ਆ ਜੀ ਉਹ ਹਮ ਦੀਆਂ ਰਹਿੰਦੀਆਂ ਨੇ ਬਹੁਤ ਮਤਲਬ ਕਿ ਤੇ ਐ ਗੱਡੀ ਜਾ ਰਹੀ ਸੀ ਕਿ ਤੇ ਉਧਰ ਕੋਈ ਟਰੱਕ ਵਾਲਾ ਸੀਗਾ ਤੇ ਟਰੱਕ ਵਾਲੇ ਨੇ ਮਤਲਬ ਕਿ ਐ ਗੱ ਅਸੀਂ ਸਾਈਡ ਤੇ ਆ ਕੇ ਕਰਕੇ ਗੱਡੀ ਰੋਕ ਲਈ ਉਹ ਟਰੱਕ ਲੈ ਕੇ ਵਿੱਚ ਵੱਜਿਆ ਹਨਾ ਤੇ ਗੱਡੀ ਉਹ ਅਸੀਂ ਉਹਨੂੰ ਆਖਿਆ ਵੀ ਹਾਂ ਵੀ ਇਹ ਜੀ ਬੱਸ ਕੁਸ ਕੀਤਾਗਾ ਉਹ ਕਹਿੰਦਾ ਵੀ ਬਾਈ ਐ ਕਰਕੇ ਮੈਂ ਗਰੀਬ ਬੰਦਾ ਆ ਕੇ ਐ ਕਰਕੇ ਤੇ ਵੀ ਉਹ ਆ ਮੈਂ ਆ ਵੀ ਉਹ ਤਾਂ ਵੀ ਚਲੋ ਕੋਈ ਚੱਕਰ ਨਹੀਂ ਵੀ ਸਿੱਤ ਨੂੰ ਐ ਨਹੀਂ ਕਹਿੰਦੇ ਵੀ ਤੂੰ ਗਰੀਬ ਬੰਦਾ ਆ ਵੀ ਤੈਨੂੰ ਵੀ ਸਾਨੂੰ ਇੰਨੇ ਰੁਪਏ ਦੇ ਬਾਈ ਅਸੀਂ ਕਹਾਂ ਵੀ ਚਲ ਫਿਰ ਨਾਲ ਚੱਲ ਵੜਦੇ ਮਾੜਾ ਜਿੰਨਾ ਵੀ ਟਾਪ ਆਗਾ ਵੀ ਹਨਾ ਵੀ ਉਹ ਤੈਨੂੰ ਕਰਨਾ ਪਊਗਾ ਵੀ ਕਿਉਂਕਿ ਤੇਰੀ ਗਲਤੀ ਸੀ ਅਸੀਂ ਕਹ ਜੀ ਇਹ ਚੀਜ਼ ਤੇ ਸਾਡੀ ਗਲਤੀ ਹੁੰਦੀ ਵੀ ਤਾਂ ਅਸੀਂ ਤ ਤੋਂ ਵੀ ਐਕਸੀਡੈਂਟ ਹੁੰਦੇ ਰਹਿੰਦੇ ਆਗੇ ਜੇ ਕਿਸੇ ਦਾ ਹੋ ਜੇ ਅਸੀਂ ਕਹਦੇ ਵੀ ਸਾਡੀ ਗਲਤੀ ਸੀ ਅਸੀਂ ਤੈਨੂੰ ਆ ਚੀਜ਼ ਸਮਝਾ ਕੇ ਦਵਾ ਜਾਂ ਕੁਝ ਵੀ ਕਰ ਅਸੀਂ ਕਹਾਂ ਵੀ ਇਹ ਚੀਜ਼ ਤੈਨੂੰ ਕਰਨੀ ਪਊਗੀ ਵੀ ਅੱਗੇ ਤੋਂ ਤੈਨੂੰ ਇਹ ਚੀਜ਼ ਦਾ ਅਹਿਸਾਸ ਵੀ ਹੋਊਗਾ ਵੀ ਮੈਂ ਗਲਤੀ ਕੀਤੀ ਸੀ ਨਾ ਵੀ ਜੇ ਹੌਲੀ ਚਲਾਵੇਂਗਾ ਤੇ ਉਹ ਕਹਿੰਦਾ ਵੀ ਚਲੋ ਠੀਕ ਆ ਉੱਥੇ ਗਏ ਮਤਲਬ ਕਿ ਰਾਹ ਚ ਗਏ ਉਹਨੇ ਗਾਹ ਆਪਦੇ ਬੰਦੇ-ਬੰਦੇ ਬੁਲਾ ਲਏ ਤੇ ਉਹਨਾਂ ਨਾਲ ਮਤਲਬ ਕਿ ਆਏ ਮਤਲਬ ਕਿ ਮੈਂ ਉਹਨਾਂ ਨੂੰ ਹੋਰ ਤਾਂ ਕੁਝ ਨਹੀਂ ਕਿਹਾ ਕਹਿੰਦੇ ਇਹ ਬੰਦਾ ਮਿਹਨਤ ਕਰਦਾ ਮੈਂ ਜੀ ਮੈਂ ਵੀ ਮਿਹਨਤ ਕਰਦਾ ਮੈਂ ਕਿਹਾ ਮੈਨੂੰ ਕਿਹੜਾ ਜੀ ਰੁਪਏ ਉੱਪਰੋਂ ਡੇਕਦੇ ਨੇ ਮੈਂ ਕਿਹਾ ਮੈਂ ਵੀ ਕਮਾਉਣਾ ਹੈਗਾ ਮਿਹਨਤ ਕਰਨ ਤਾਂ ਹੀ ਆਉਂਦੇ ਨੇ ਵੀ ਵੀ ਬੰਦਾ ਮਿਹਨਤ ਕਰਦਾ ਹੈਗਾ ਮੈਂ ਵੀ ਇਹਨੇ ਉਸ ਸਾਹ ਨਾਲ ਮਿਹਨਤ ਕੀਤੀ ਨੂੰ ਨਾਕ ਮਿਲਿਆ ਵੀ ਮੈਂ ਉਸ ਸਾਹ ਨਾਲ ਮਿਹਨਤ ਕੀਤੀ ਤੇ ਮੈਨੂੰ ਨਾ ਜਿਆਦਾ ਮਿਲ ਗਿਆ ਠੀਕ ਆ ਜੀ ਮਦੇ ਵਿੱਚ ਕੀ ਗੱਲ ਆ ਉਹ ਬੰਦਿਆਂ ਨੇ ਗਾਹ ਜੀ ਉਹ ਬਣਾ ਲਈ ਗੱਲ ਵੀ ਹੈਣਾ ਤੇ ਉਹ ਪਿੰਡ ਗਏ ਉਹਨਾਂ ਨੇ ਕਹਾ ਜਾ ਕੇ ਜੀ ਰਿਪੋਰਟਰ ਵਾਲੇ ਇੰਟਰਵਿਊ ਕਰਨ ਲੱਗੇ ਉਹਨਾਂ ਨੇ ਇੱਥੇ ਤੱਕ ਹੋ ਜਾਵਾ ਹਾਂਜੀ ਹਾਂ ਉਹਨਾਂ ਨੇ ਇੰਟਰਵਿਊ ਦੇਤੀ ਤੇ ਇੰਟਰਵਿਊ ਚ ਕਹਿੰਦੇ ਜੀ ਸੁਖਜੋਲ ਜਿਹੜਾ ਬੰਦਾ ਪੰਜਾਬ ਨੂੰ ਵਿਚਾਰ ਰਿਹਾ ਉਹ ਤਾਂ ਬੰਦੋਈ ਵਾਲਾ ਬੇਕਰ ਉਹਨਾਂ ਤਾਂ ਬੋਲਣ ਦੀ ਅਕਲ ਹੀ ਨਹੀਂ ਹੈਗੀ ਸਾਡੇ ਨਾਲ ਤੂੰ ਤੂੰ کہہ ਕੇ ਗੱਲ ਕਰ ਰਿਹਾ ਸਾਨੂੰ ਕਹਿੰਦਾ ਗਰੀਬ ਹੁੰਦਾ ਕੀ ਆਗਾ ਮੈਂ ਤਾਂ ਆਪ ਮਿਹਨਤ ਕੀਤੀ ਆ ਉਹਨਾਂ ਨੇ ਲੱਕਿਆ ਆਪਾਂ ਬੰਦਾ ਮਸਾਲੇ ਲਾਲਾ ਗੱਲਾਂ ਇੰਟਰਵਿਊ ਦੇਖ ਕੇ ਦੁਬਾਰਾ ਨਾਲ ਫੋਨਾਂ ਜਿਉ ਉਹਨਾਂ ਦਾ ਆ ਜੀ ਕੋਈ ਚੱਕਰ ਨਹੀਂ ਮੈ ਤਾਂ ਉਹਨੂੰ ਲੱਭਦਾ ਸੀ ਉਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਮੈਂ ਕਿ ਮਤਲਬ ਕਿ ਡੋਲੀ ਪੋਸਟ ਵਾਲੇ ਮਾਮਾ ਰਿਪੋਰਟਰ ਬੁਲਾਉਣਾਗਾ ਤੇ ਉਹਨਾਂ ਨੂੰ ਦੱਸ ਦਾਂਗਾ ਵੀ ਹਾਂ ਬਾਈ ਚੱਲੋ ਆਜੋ ਵੀ ਹੁਣ ਖੜ ਕੇ ਗੱਲ ਕਰੋ ਵੀ ਗੱਲ ਹੋਈ ਕੀ ਸੀਗੀ ਤੇ ਫਿਰ ਚਲੋ ਗੱਲ ਡਿਸਮਿਸ ਹੋ ਗਈ ਤੇ ਉਹ ਇੰਟਰਵਿਊ ਤਾਂ ਮੈਨੂੰ ਬਾਹਰ ਮਤਲਬ ਕਿ ਚਲੋ ਆਪਾਂ ਕਹਾਂਗੇ ਚੰਗੀ ਗੱਲ ਕਰੀਏ ਕੋਈ ਚੱਕਦਾ ਨਹੀਂ ਹੁੰਦਾ ਉਹ ਮਾੜੀ ਗੱਲ ਕੀਤੀ ਪੈਂਟ ਵਾਲੇ ਨੇ ਸਾਰਿਆਂ ਨੇ ਮੈਨੂੰ ਸ਼ੇਅਰ ਯਰ ਆ ਕੀ ਗੱਲ ਹੋ ਗਈ ਯਰ ਆ ਕੀ ਗੱਲ ਹੋ ਗਈ ਪੂਰੀ ਫੱਲੋਂ ਸੂਰੀ ਹੋ ਗਈ ਸਾਨੂੰ ਫਾਇਦਾ ਹੋਇਆ ਕਿ ਨੁਕਸਾਨ ਉਹਦਾ ਨਾ ਫਾਇਦਾ ਹੋ ਨੁਕਸਾਨ ਹੋਇਆ ਜੀ ਬਸ ਮਤਲਬ ਵੀ ਕੋਈ ਐਡੀਆਂ ਗੱਲਾਂ ਹੁੰਦੀ ਰਹਿੰਦੀਆਂ ਕੋਈ ਚੱਕਰ ਹਾਂਜੀ ਕੁਛ ਹੋਰ ਜਾਂਦੇ ਜਾਂਦੇ ਮੈਂ ਲਾਸਟ ਕੋਈ ਨੌਜਵਾਨਾਂ ਨੂੰ ਕੋਈ ਤੁਸੀਂ ਗੱਲ ਦੱਸਣੀ ਹੋਵੇ ਆਪਦੇ ਤਜਰਬੇ ਤੋਂ ਜਾਂ ਤੁਹਾਨੂੰ ਲੱਗਦਾ ਹੋਵੇ ਵੀ ਹਾਂ ਜ਼ਿੰਦਗੀ ਦਾ ਇੱਕ ਆ ਪੱਖ ਵੀ ਆ ਜਾਂ ਕੋਈ ਵੀ ਗੱਲ ਆਪਦੇ ਤਜਰਬੇ ਤੋਂ ਦੱਸਣੀ ਹੋਵੇ ਹਾਂਜੀ ਹਾਂ ਉਹ ਚੀਜ਼ ਇੱਕ ਚੀਜ਼ ਮੈਂ ਮੰਨਦਾ ਜੀ ਮਤਲਬ ਕਿ ਉਹ ਕੋਸਕ ਬੰਦੇ ਹੁੰਦੇ ਜਿਵੇਂ ਆਪਾਂ ਆਪਣੀ ਜ਼ਿੰਦਗੀ ਚ ਕੁਝ ਕਰਨਾ ਚਾਹੁੰਦੇ ਹੁੰਨੇ ਹਨਾ ਉਹ ਬੰਦਾ ਬਹੁਤ ਕੋਸ਼ਿਸ਼ ਕਰਦਾ ਹੈਗਾ ਸਮਝੋ ਪਹਿਲੀ ਗੱਲ ਆਪਾਂ ਨਸ਼ੇ ਤੋਂ ਸਟਾਰਟ ਕਰ ਲਓ ਬੰਦੇ ਨੂੰ ਜੀ ਨਸ਼ਾ ਜ ਮਤਲਬ ਕਿ ਚਿੱਟਾ ਇਹ ਜੀਜ਼ ਜੇਦੋਂ ਕਰਨ ਲੱਗ ਜਾਂਦਾ ਨਾ ਬੰਦੇ ਨੂੰ ਐ ਹੁੰਦਾ ਪਹਿਲਾਂ 2-3 ਮਹੀਨੇ ਨਜ਼ਾਰਾ ਆਉਂਦਾ ਜੀ ਹਰੇਕ ਬੰਦੇ ਨੂੰ ਉਸ ਤੋਂ ਬਾਅਦ 6-7 ਮਹੀਨੇ ਹੋ ਜਾਂਦੇ ਨੇ ਬੰਦੇ ਨੂੰ ਮਤਲਬ ਕਿ ਬੰਦਾ ਇਹੋ ਜਿਹਾ ਹੁੰਦਾ ਵੀ ਆਪ ਵੀ ਛੱਡਣਾ ਚਾਹੁੰਦਾ ਹੁੰਦਾ ਉਹ ਚੀਜ਼ ਨੂੰ ਹੁਣ ਆਉਂਦਾ ਵੀ ਮੈਂ ਵੀ ਛੱਡਾਂ ਇਹ ਚੀਜ਼ ਨੂੰ ਪਰ ਵੀ ਉਹ ਚੀਜ਼ ਹੀ ਹੈ ਜੀ ਆ ਵੀ ਆਪਾਂ ਤਾਂ ਛੱਡੀ ਨਹੀਂ ਜਾਂਦੀ ਜੀ ਉਹ ਬੰਦਾ ਮਤ ਮੈਂ ਮਤਲਬ ਕਿਹੀ ਚੀਜ਼ ਕਹਿਣਾ ਵੀ ਆਪਾਂ ਜੇ ਤਾਂ ਆਪਾਂ ਦਿਮਾਗ ਨੂੰ ਉਹ ਕਰ ਲਈਏ ਹਨਾ ਵੀ ਉਹ ਚੀਜ਼ ਤਾਂ ਆਪਾਂ ਕਰ ਸਕਦੇ ਆ। ਹੂੰ। ਵੀ ਬੱਚੇ ਮੇਰੇ ਨਾਲ ਕਿਉਂਕਿ ਜਿੰਨੇ ਮੇਰੇ ਨਾਲ ਦੇ ਮੁੰਡੇ ਲਾਉਂਦੇ ਹੁੰਦੇ ਸੀ ਨਾ ਉਹ ਚੀਜ਼ ਹਾਰ ਗਏ ਉਹ ਕਹਿੰਦੇ ਵੀ ਨਹੀਂ ਅਸੀਂ ਕਰ ਨਹੀਂ ਸਕਦੇ ਵੀ ਤਾਂ ਕਰਾਂਗੇ ਨਸਾ। ਵੀ ਸਾਢੀ ਨਹੀਂ ਸਕਦੇ। ਮਤਲਬ ਉਹ ਚੀਜ਼ ਮੈਂ ਮਤਲਬ ਕਿ ਸਾਰੇ ਮੁੰਡਿਆਂ ਨੂੰ ਕਹਿਣਾ ਵੀ ਜਿਹੜੇ ਇਹ ਚੀਜ਼ 'ਚ ਫਸੇ ਹੋਏ ਨੇ ਵੀ ਆ ਆਪਾਂ ਇੱਕ ਵਾਰੀ ਜੀ ਆ ਵੀ ਜ਼ਿੰਦਗੀ ਦਾ ਚਾਹੇ ਵੀ ਹੋਰ ਨਹੀਂ ਕੋਈ ਜਿਵੇਂ ਮੈਂ ਟਰਾਈ ਕੀਤਾ ਵੀ ਫਾਇਦਾ ਨੁਕਸਾਨ ਵੀ ਆਪਾਂ ਉਹੀ ਚੀਜ਼ ਕੱਢ ਕੇ ਤੁਸੀਂ ਇੱਕ ਵਾਰੀ ਦੇਖ ਲਓ ਕਾਪੀ ਪੈਨ ਤੇ ਲੈ ਕੇ ਤੁਹਾਡੇ ਸਾਹਮਣੇ ਪ੍ਰੂਫ ਹੋ ਉਹ ਤੁਹਾਡੇ ਅੰਦਰ ਹੀ ਹੁੰਦਾਗਾ ਤੁਸੀਂ ਛੱਡ ਸਕਦੇ ਹਾਂਜੀ ਹਾਂ ਤੇ ਇੱਕ ਮੈਂ ਹੋਰ ਤੁਹਾਡਾ ਸਹੀ ਨਾਮ ਕੀ ਆ ਪੂਰਾ ਨਾਮ ਪੂਰਾ ਨਾਮ ਮੇਰਾ ਜੀ ਸਤਵਿੰਦਰ ਸਿੰਘ ਆ ਸਤਵਿੰਦਰ ਸਿੰਘ ਸੋ ਮੈਂ ਉਮੀਦ ਕਰਦਾਗਾ ਵੀ ਅਗਲੀ ਜੋ ਵੀ ਇੰਟਰਵਿਊ ਹੋਵੇ ਛੋਡੀ ਕੋਈ ਵੀ ਚੈਨਲ ਤੇ ਜਾਂ ਆਪਣੇ ਨਾਲ ਛੋਡੀ ਮੁਲਾਕਾਤ ਹੋਵੇ ਸੋ ਤੁਸੀਂ ਪੂਰੇ ਜਿਹੜੇ ਸਰਦਾਰ ਦੇ ਰੂਪ ਚ ਹੋਵੋ ਤੇ ਸਰਦਾਰ ਸਤਵਿੰਦਰ ਸਿੰਘ ਕਹਿ ਕੇ ਤੁਹਾਨੂੰ ਬੁਲਾਇਆ ਜਾਵੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਬਾਈ ਠੀਕ ਹੈ ਜੀ ਸੋ ਇਹ ਆ ਸੁਖ ਜੋਲ ਆਉਣ ਵਾਲੇ ਸਮੇਂ ਦਾ ਸਰਦਾਰ ਸਤਵਿੰਦਰ ਸਿੰਘ ਜੋਲ ਬਹੁਤ ਵਧੀਆ ਗੱਲਬਾਤ ਵੀ ਰਹੀ ਆ ਤੇ ਜੋ ਕੁਛ ਕੀਤਾਗਾ ਅਸੀਂ ਇਹ ਵੀ ਉਮੀਦ ਕਰਦੇ ਆਂ ਵੀ ਕੱਲਾ ਨਸ਼ੇ ਵਾਲੇ ਪਾਸੇ ਤੋਂ ਨਹੀਂ ਖਾਸ ਕਰਕੇ ਧਾਰਮਿਕ ਪੱਖ ਤੋਂ ਵੀ ਇਸ ਨੌਜਵਾਨ ਤੋਂ ਬਹੁਤ ਲੋਕ ਜਿਹੜੇ ਆ ਉਹ ਮੋਟੀਵੇਟ ਹੋਣਗੇ ਉਸ਼ਾਹਿਤ ਹੋਣਗੇ ਪ੍ਰੇਰਣਾ ਸਰੋਤ ਬਹੁਤ ਸਾਰੇ ਨੌਜਵਾਨਾਂ ਦਾ ਇਹ ਬਣੂਗਾ ਠੀਕ ਹੈ ਇਹ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਇਹ ਤੋਂ ਗਲਤੀਆਂ ਨਹੀਂ ਹੋਣੀਆਂ ਗਲਤੀਆਂ ਵੀ ਇਨਸਾਨ ਤੋਂ ਹੁੰਦੀਆਂ ਆਂ ਬਹੁਤ ਸਾਰੀਆਂ ਹੋ ਸਕਦਾ ਇਹਨੇ ਗਲਤੀਆਂ ਵੀ ਕੀਤੀਆਂ ਹੁਣ ਤਾਂ ਕਰੇ ਵੀ ਪਰ ਫਿਰ ਵੀ ਜੋ ਕੁਛ ਵਧੀਆਗਾ ਸਾਨੂੰ ਲੱਗਿਆ ਵੀ ਅਸੀਂ ਆਪਣੇ ਪਲੇਟਫਾਰਮ ਦੇ ਉੱਤੇ ਇੱਕ ਅਜਿਹੇ ਨੌਜਵਾਨ ਨੂੰ ਤੁਹਾਡੇ ਸਨਮੁਖ ਰੱਖੀਏ ਅੱਗੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਕਿਸੇ ਹੋਰ ਨੌਜਵਾਨ ਦੇ ਨਾਲ ਜਿਸ ਨੇ ਜ਼ਿੰਦਗੀ ਨੂੰ ਜਿੱਤਿਆ ਹੋਵੇ ਤੇ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਪੈਦਾ ਕੀਤੀ ਹੋਵੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ